ஜஜ் தா விச்சா ਸਤਿ ਸ਼੍ਰੀ ਅਕਾਲ ਜੀ ਪ੍ਰਾਈਮੇਅਰ ਸ਼ਾਹ ਟੀਵੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਚਾਹ ਦਾ ਵਿਚਾਰ ਪ੍ਰੋਗਰਾਮ ਅਸੀਂ ਲੈ ਕੇ ਹਾਜ਼ਰ ਹੋ ਗਏ ਅੱਜ ਜੀ ਮੈਂ ਹਾਂ ਹਰਮਨthਿੰਦ ਹਰ ਰੋਜ਼ੀ ਤਰ੍ਹਾਂ ਮੇਰੇ ਨਾਲ ਨੇ ਸਵਰਨ ਸਿੰਘ ਟੈਣਾ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਬਹੁਤ ਹੀ ਵਧੀਆ ਚੜ੍ਹਦੀ ਕਲਾ ਜਿੰਦਾਬਾਦ ਹੋਲੀ ਦੇ ਤਿਉਹਾਰ ਦੀਆਂ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਹੋਲੀ ਤੇ ਹੋਲੇ ਮਹੱਲੇ ਦੇ ਪਵਿੱਤਰ ਦਿਹਾੜੇ ਦੀਆਂ ਬਹੁਤ-ਬਹੁਤ ਵਾਰਕਾ ਸ਼ੁਕਰੀਆ ਜ਼ਿੰਦਗੀ ਦੇ ਵਿੱਚ ਰੰਗ ਭਰੇ ਰਹਿਣ ਜਿਵੇਂ ਰੰਗ ਰੰਗ ਦੇ ਵਿੱਚ ਮਿਲ ਕੇ ਪਤਾ ਨਹੀਂ ਲੱਗਦਾ ਵੀ ਖੱਟੇ ਦੇ ਵਿੱਚ ਕੀ ਪਾਇਆ ਸੀ ਤੇ ਕਿਹੜੇ ਚ ਕੀ ਪਾਇਆ ਸੀ ਐਵੇਂ ਤੇ ਅਸੀਂ ਸਿੱਖ ਇਤਿਹਾਸ ਨੂੰ ਸਮਝ ਗਏ ਜਾਣੀਏ ਪਛਾਣੀਏ ਤੇ ਮਾਣੀਏ ਇਹ ਬਹੁਤ ਵੱਡੀ ਗੱਲ ਆ ਕਿ ਅੱਜ ਅਸੀਂ ਅਨੰਦਪੁਰ ਸਾਹਿਬ ਨੂੰ ਚੱਲੇ ਆ ਬਹੁਤ ਵੱਡੀ ਗਿਣਤੀ ਚ ਸੰਗਤ ਗਈ ਆ ਨਤਮਸਤਕਾ ਸੀ ਭਾਗਾ ਵਾਲੇ ਨੇ ਉਹ ਲੋਕ ਜੀ ਬਿਲਕੁਲ ਭਾਗਾ ਵਾਲੇ ਦੇ ਉਹ ਲੋਕ ਪਰ ਭਾਈ ਡਾਲੇ ਤੇ ਬੈਠ ਕੇ ਕੋਈ ਸਿੱਖੀ ਦੀ ਸੇਵਾ ਨਹੀਂ ਹੁੰਦੀ ਸਹੀ ਸੰਗਲ ਟੁੱਟ ਗਿਆ ਬਾਅਦ ਵਿੱਚ ਕਹਾਂਗੇ ਨੀਲੀ ਛਤ ਅਲੇ ਨੇ ਐ ਲਿਖਿਆ ਸੀ ਆਪਣੀ ਜ਼ਿੰਦਗੀ ਦੀ ਕੀਮਤ ਨੂੰ ਵੀ ਸਮਝ ਗਏ ਸਿੱਖ ਸਰੋਕਾਰਾਂ ਨੂੰ ਵੀ ਸਮਝ ਗਏ ਸਿੱਖੀ ਦੀ ਅਹਿਮੀਅਤ ਨੂੰ ਵੀ ਸਮਝਗੇ ਕਦੇ ਅਸੀਂ ਉੱਥੇ ਸਟੰਟ ਕਰਦੇ ਜਾਂਦੇ ਆ ਮੋਟਰਸਾਈਕਲਾਂ ਤੇ ਖੜ ਕੇ ਕਦੇ ਕਿਵੇਂ ਕਰਦੇ ਜਿਹੜੇ ਲੋਕ ਸਿਹਰਦ ਨੇ ਨਿਮਰ ਨੇ ਤਰੀਕੇ ਨਾਲ ਚੱਲਦੇ ਨੇ ਸਲਾਮ ਤੁਹਾਨੂੰ ਜਿਹੜੇ ਲੋਕ ਥੋੜੇ ਜਿਹਾ ਹੋਛੇ ਆ ਕਿਰਪਾ ਕਰਕੇ ਐ ਨਾ ਕਰੋ ਬਿਲਕੁਲ ਸਹੀ ਹੈ ਤੇ ਬਾਕੀ ਟਾਣਾ ਸਾਹਿਬ ਮੌਸਮ ਦੀ ਹਾਲ ਬਿਆਨੀ ਕਰ ਦਿਓ ਜੀ ਪੰਜਾਬ ਦੇ ਵਿੱਚ ਮੌਸਮ ਜਿਹੜਾ ਉਹ ਲਗਾਤਾਰ ਗਰਮੀ ਵੱਲ ਵਧ ਰਿਹਾ ਪੰਜਾਬ ਦੇ ਵਿੱਚ ਮੀਂਹ ਕਣੀ ਦੀ ਆਮਦ ਨਹੀਂ ਹੋਣੀ ਛੇਤੀ ਕਿਤੇ ਮੌਸਮ ਵਿਭਾਗ ਨੇ ਗੱਲ ਕਹੀ ਆ ਉਧਰ ਕਹਿੰਦੇ ਵੀ ਹਿਮਾਚਲ ਪ੍ਰਦੇਸ਼ ਦੇ ਬਲਕੜੀਆਂ ਪੈ ਗਈਆਂ ਜੀ ਕਹਿੰਦੇ ਕਣੀਆਂ ਪੈਣ ਕਰਕੇ 3-4 ਡਿਗਰੀਆਂ ਥੱਲੇ ਪੜਕਣੇ ਆਗੇ ਤਾਪਮਨ ਜੀ ਤੇ ਕਹਿੰਦੇ ਲਾਹੌਲ ਸਪੀਤੀ ਨੂੰ ਛੱਡ ਕੇ ਬਾਕੀ ਜਿਹੜੇ ਜ਼ਿਲ੍ਹੇ ਨੇ ਉੱਥੋਂ ਦੇ ਹਿਮਾਚਲ ਪ੍ਰਦੇਸ਼ ਦੇ ਉੱਥੇ ਵੀ ਕਾਫੀ ਜ਼ਿਆਦਾ ਮੌਸਮ ਨੇ ਤਬਦੀਲੀ ਜਿਹੜੀ ਉਹ ਦਿਖਾਈ ਹੈ ਔਰ ਉਹਦਾ ਅਸਰ ਜਿਹੜਾ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਨਜ਼ਰ ਆਊਗਾ ਆਉਂਦੇ ਦਿਨਾਂ ਦੇ ਵਿੱਚ ਕਹਿੰਦੇ ਹੋ ਸਕਦਾ ਤੂਫਾਨ ਆਵੇ ਕਿੱਥੇ ਤੇਜ਼ ਹਵਾਵਾਂ ਚੱਲਣ ਮੈਦਾਨੀ ਇਲਾਕਿਆਂ ਦੇ ਵਿੱਚ ਅੱਛਾ ਤੇ ਕੁਝ ਥਾਵਾਂ ਤੇ ਜਿਹੜੀਆਂ ਕਹਿੰਦੇ ਓਲਾ ਬਰਿਸ਼ਟੀ ਵੀ ਹੋ ਸਕਦੀ ਹੈ ਗੜੇ ਪੈ ਸਕਦੇ ਹਨ ਗੜੇ ਪੈ ਸਕਦੇ ਨੇ ਪਰ ਕੁਝ ਥਾਵਾਂ ਤੇ ਮੌਸਮ ਜਿਹ ਧਿਆਨ ਨਾਲ ਸੁਣਿਓ ਜੀ ਕਣਕਾਂ ਸੁਨਹਿਰੀ ਭਾ ਮਾਰ ਰਹੀਆਂ ਕਈ ਥਾਵਾਂ ਤੇ ਜੀ ਖੇਤ ਦੇ ਵਿੱਚ ਨਾ ਕੁਦਰਤ ਦਾ ਕਿਹਦਾ ਵਰਤਾਰਾ ਜਿਵੇਂ ਕਿਤੇ ਸੈਲੂਨ ਵਾਲੇ ਦੇ ਨਾਈ ਦੇ ਵਾਲ ਕੱਟੇ ਹੁੰਦੇ ਨੇ ਬਰਾਬਰ ਬਰਾਬਰ ਐ ਰੱਖ ਕੇ ਕੈਂਚੀ ਹਮ ਤੇ ਰੱਖ ਕੇ ਕੰਗੀ ਐ ਕਣਕਾਂ ਬਰਾਬਰ ਬਰਾਬਰ ਖੜੀਆਂ ਨਾ 2 ਇੰਚ ਉੱਚੀ ਨਾ ਨੀਨੀ ਸਾਰੀ ਕਣਕ ਬਰਾਬਰ ਇਹ ਵੀ ਤਾਂ ਕੁਦਰਤ ਹੈ ਇਹ ਵੀ ਤਾਂ ਸੋਚੀ ਨਾ ਮੈਂ ਕਰੇ ਕਰੇ ਸੋਨੇ ਕੁਦਰਤ ਕਿੰਸੀ ਆ ਯਾਰ ਕੁਦਰਤ ਨੇ ਬਰਾਬਰਤਾ ਕਿਵੇਂ ਰੱਖੀ ਆ ਇਹ ਉਹ ਤਾਂ ਇੱਕ ਬੂਟਾ ਹੁਣ ਤਾਂ ਵੀ ਐਂ ਚਲਾ ਜਾਂਦਾ ਦੂਜਾ ਨੀਵਾ ਰਹਿ ਜਾਂਦਾ ਉਹਨੇ ਕਮਾਲ ਦੀ ਰਚਨਾ ਰੱਖੀ ਆ ਜੀ ਫਿਰ ਹੁਣ ਉਹਨਾਂ ਦੇ ਸਿੱਟੇ ਦੇ ਵਿੱਚੋਂ ਸਿਰੇਰੀ ਜੀ ਭਾਅ ਵੱਜਦੀ ਆ ਉਹ ਪਿਆਰੀ ਲੱਗਦੀ ਹੈ ਜੀ ਚਾਹੇ ਤੁਸੀਂ ਝੋਨਾ ਵੇਖ ਲਓ ਚਾਹੇ ਤੁਸੀਂ ਕਣਕ ਵੇਖ ਲਓ ਟਾਣਾ ਸਾਹਿਬ ਵੀ ਜਿਸ ਤਰੀਕੇ ਦੇ ਨਾਲ ਹੈ ਬਰਾਬਰ ਬਰਾਬਰ ਬੂਟੇ ਹੁੰਦੇ ਹਨ ਨਾ ਐਂ ਲੱਗਦਾ ਕਿ ਇਹਦੇ ਉੱਪਰ ਇਦਾਂ ਇਦਾਂ ਵੀ ਆਪਾਂ ਚੱਲ ਵੀ ਸਕਦੇ ਹਾਂ ਜਿਵੇਂ ਇੱਕ ਸਿੱਧੀ ਸੜਕ ਹੁੰਦੀ ਹੈ ਉਵੇਂ ਬਰਾਬਰਤਾ ਹੁੰਦੀ ਮੈਂ ਬਰਾਬਰਤਾ ਦੀ ਗੱਲ ਕਰ ਰਹੀ ਹਾਂ ਹੈਨਾ ਵੀ ਇੱਕਦਮ ਐ ਪੱਧਰਾ ਸਭ ਕੁਝ ਇੱਕਦਮ ਇੱਕੋ ਜਿਹੇ ਬੂਟੇ ਹੈਨਾ ਇਹ ਕੁਦਰਤ ਦਾ ਹੀ ਕਮਾਲ ਹੈ ਨਹੀਂ ਤਾਂ 10 ਕਬੂਟੇ ਜ਼ਿਆਦਾ ਉੱਚੇ ਵੀ ਹੋ ਸਕਦੇ 10 ਕਬੂਟੇ ਜ਼ਿਆਦਾ ਨੀਵੇਂ ਵੀ ਹੋ ਸਕਦੇ ਆ ਔਰ ਹੁਣ ਜਿਵੇਂ ਜਿਵੇਂ ਹੌਲੀ ਹੌਲੀ ਕਣਕਾਂ ਨੇ ਰੰਗ ਵਟਾਉਣਾ ਜਿਵੇਂ ਤਵੇਂ ਉਹ ਲੱ ਖੇਤਾਂ ਦੇ ਵਿੱਚ ਨਾ ਜਦੋਂ ਇੱਕਦਮ ਸੁਨਹਿਰੀ ਰੰਗ ਦੀਆਂ ਹੋ ਗਈਆਂ ਆਹ ਵਸਾਖੀ ਦੇ ਨੇੜੇ ਜਾ ਕੇ ਤੇ ਉਦੋਂ ਟਾਣਾ ਸਾਹਿਬ ਤੁਸੀਂ ਵੇਖਿਆ ਲੱਗਣਾ ਜਿਵੇਂ ਸੋਨਾ ਹੀ ਸੋਨਾ ਖਿਲ ਰਿਆ ਪਿਆ ਬਿਲਕੁਲ ਹੀ ਤੇ ਹੁਣ ਕੜੀਆਂ ਨਾ ਪਹਿਣ ਹੁਣ ਨੇਰੀ ਝੱਖੜ ਝੋਲਾ ਨਾ ਆਵੇ ਕਣਕ ਭਾਰੀ ਆ ਜੇਕਰ ਮੌਸਮ ਬਿਲਕੁਲ ਸਹੀ ਰਹੇ ਤਾਂ ਇੱਕੀ ਝਾੜ ਚੰਗਾ ਨਿਕਲੂਗਾ ਜੀ ਬਿਲਕੁਲ ਸਹੀ ਬਹੁਤ ਸੋਹਣੀ ਗੱਲ ਆ ਕਿਸਾਨੀ ਦੇ ਕਰਜ਼ੇ ਲੱਤ ਜਾਣ ਮਜ਼ਦੂਰ ਗਿੜਦਾ ਪਾਉਣ ਵਾਹ ਸਾਰੇ ਖੁਸ਼ਹਾਲ ਰਹਿਣ ਆਰਤਕੇ ਵੀ ਰਹਿਣ ਜੀ ਅਸੀਂ ਤੁਸੀਂ ਵੀ ਰਹੀਏ ਬਿਲਕੁਲ ਸਹੀ ਤੇ ਹੁਣ ਚਾਹਦਾ ਵਿਚਾਰ ਸਾਂਝਾ ਕਰੀਏ ਹੁਣ ਗੌਰ ਨਾਲ ਸੁਣੋ ਚਾਚੜਾ ਵਿਚਾਰ 217 ਦੇ ਵਿੱਚ ਗੱਲ ਮੈਂ ਮੁਕੰਮਲ ਕਰ ਦੂੰਗਾ ਉਹ ਇਹ ਆ ਕਿ ਦੁਨੀਆ ਦੇ ਵਿੱਚ ਕਿਸੇ ਨੂੰ ਬਹੁਤਾ ਖੁਸ਼ ਕਰਨ ਦੀ ਕੋਸ਼ਿਸ਼ ਨਾ ਕਰੋ ਦੁਨੀਆ ਦੇ ਵਿੱਚ ਕਿਸੇ ਨੂੰ ਵੀ ਬਹੁਤਾ ਖੁਸ਼ ਕਰਨ ਦੀ ਕੋਸ਼ਿਸ਼ ਨਾ ਕਰੋ ਸਿਰਫ ਉਸ ਬੰਦੇ ਨੂੰ ਖੁਸ਼ ਰੱਖੋ ਜਿਹੜਾ ਸ਼ੀਸ਼ੇ ਦੇ ਵਿੱਚ ਤੁਹਾਨੂੰ ਦਿਸਦਾ ਵਾਹ ਤੁਸੀਂ ਸ਼ੀਸ਼ੇ ਦੇ ਮੂਰੇ ਖੜੇ ਆ ਤੇ ਤੁਸੀਂ ਹੀ ਦੱਸਦੇ ਆ ਆਪਣੇ ਆਪ ਨੂੰ ਵੇਖਦੇ ਹੋ ਇਨੂੰ ਖੁਸ਼ ਰੱਖੋ ਇਹਦਾ ਮਨ ਖੁਸ਼ ਹੋਣਾ ਚਾਹੀਦਾ ਅਸੀਂ ਕੋਈ ਚਾਬੀ ਵਾਲੇ ਬੰਦਰ ਥੋੜੀ ਆ ਵੀ ਭਾਈ ਉਹਨੂੰ ਵੀ ਖੁਸ਼ ਕਰਨਾ ਉਹਨੂੰ ਵੀ ਖੁਸ਼ ਕਰਨਾ ਉਹਨੂੰ ਖੇਡਾ ਪਕ ਦਿਖਾਉਣਾ ਆਪ ਅੰਦਰੋਂ ਭੁੱਜੇ ਪਏ ਹੋਗੇ ਤੇ ਬਾਕੀ ਸਾਰੇ ਘੜ ਅੱਛਾ ਬੱਚਾ ਗੁੱਗੂ ਆ ਐ ਨਹੀਂ ਹੁੰਦਾ ਬਿਲਕੁਲ ਸਹੀ ਹੈ ਖੁਦ ਨੂੰ ਖੁਸ਼ ਰੱਖ ਹਾਂ ਤੇ ਟਾਣਾ ਸਾਹਿਬ ਹੁਣ ਮੇਰੇ ਵਾਲਾ ਚਾਹੀਦਾ ਵਿਚਾਰ ਹੁਣ ਦਿਓ ਕਹਿੰਦੇ ਹਰ ਇਨਸਾਨ ਦੀਆਂ ਆਪਣੀਆਂ ਖੂਬੀਆਂ ਹੁੰਦੀਆਂ ਨੇ ਹਮ ਹਰ ਇੱਕ ਇਨਸਾਨ ਦੀਆਂ ਆਪਣੀਆਂ ਖੂਬੀਆਂ ਹੁੰਦੀਆਂ ਨੇ ਮੱਛੀ ਜੰਗਲ ਚ ਦੌੜ ਨਹੀਂ ਸਕਦੀ ਤੇ ਸ਼ੇਰ ਪਾਣੀ ਚ ਤੈਰ ਨਹੀਂ ਸਕਦਾ ਇਹ ਤਾਂ ਗੱਲ ਸੱਚ ਆ ਮੱਛੀ ਜੰਗਲ ਚ ਦੌੜ ਨਹੀਂ ਸਕਦੀ ਹਾਂ ਤੇ ਸ਼ੇਰ ਬਹੁਤੀ देर ਪਾਣੀ ਚ ਤੈਰ ਨਹੀਂ ਸਕਦਾ ਜੀ ਬਿਲਕੁਲ ਇਸ ਲਈ ਹਰ ਇੱਕ ਦੀ ਆਪਣੀ ਖੂਬੀ ਆ ਨਾ ਹਰ ਇੱਕ ਦੀ ਆਪਣੀ ਖੂਬੀ ਤੇ ਹਰ ਇੱਕ ਦੀ ਆਪਣੇ ਖੇਤਰ ਦੇ ਵਿੱਚ ਤਾਕਤ ਹਾਂ ਪਾਣੀ ਦੇ ਵਿੱਚ ਸ਼ੇਰ ਵਰਜੇ ਤਾਂ ਸ਼ੇਰ ਦਾ ਕੁਝ ਨਹੀਂ ਬਣਦਾਗਾ ਉੱਥੇ ਮਗਰਮੱਛ ਆ ਜਾਂਦਾ ਤੇ ਮਗਰਮੱਛ ਬਾਹਰ ਆਗਾ ਤੱਕੜੀਸ ਕੇ ਸ਼ੇਰ ਡਰਖ ਤੇ ਡਰ ਜਾਂਦਾ ਜੀ ਹਰ ਇੱਕ ਦੀ ਆਪਣੀ ਕਲਾ ਹੈ ਹਰ ਇੱਕ ਦੇ ਕੋਲ ਆਪਣੀ ਆਪਣਾ ਇੱਕ ਹੁਨਰ ਹੈ ਹਰ ਇੱਕ ਬੰਦੇ ਦੀ ਆਪਣੀ ਇੱਕ ਖੂਬੀ ਹੁੰਦੀ ਹੈ ਉਸ ਖੂਬੀ ਨੂੰ ਪਛਾਣਨਾ ਚਾਹੀਦਾ ਉਹਦੀ ਕਦਰ ਕਰਨੀ ਚਾਹੀਦੀ ਬਿਲਕੁਲ ਸਹੀ ਗੱਲ ਆ ਵੀ ਹਾਜ਼ਰ ਹੈ ਚੰਚ ਦਾ ਵੀ ਚਾ ਟਿਆਣਾ ਸਾਹਿਬ ਸਭ ਤੋਂ ਪਹਿਲਾਂ ਹੁਣ ਆਪਾਂ ਹੋਲੇ ਮਹੱਲੇ ਦੀ ਹੋਈ ਗੱਲ ਕਰ ਲਈਏ ਸੰਗਤਾਂ ਆਪਾਂ ਜ਼ਿਕਰ ਕੀਤਾ ਸੀ ਕਿ ਹਮ ਹੁਮਾ ਕੇ ਪਹੁੰਚ ਰਹੀਆਂ ਨੇ ਅਨੰਦਪੁਰ ਸਾਹਿਬ ਉੱਥੇ ਜਾ ਕੇ ਹੋਲਾ ਮਹੱਲਾ ਮਨਾ ਰਹੀਆਂ ਨੇ ਪਰ ਆਪਾਂ ਇਹ ਸਾਰੇ ਜਾਣਦੇ ਆ ਕਿ ਸ਼੍ਰੋਮਣੀ ਕਮੇਟੀ ਨੇ ਵੀ ਕੁਝ ਦਿਨ ਪਹਿਲਾਂ ਇਹ ਗੱਲ ਕਹੀ ਸੀ ਕਿ ਹੁੱਲੜਬਾਜ਼ੀ ਨਾ ਕੀਤੀ ਜਾਵੇ ਬਿਲਕੁਲ ਜੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਹਿਬ ਨੇ ਇਹ ਅਪੀਲ ਕੀਤੀ ਸੀ ਕਿ ਭਾਈ ਵੱਰ ਤੋਂ ਵੱਧ ਸੰਗਤ ਪਹੁੰਚੋ ਅਨੰਦਪੁਰ ਸਾਹਿਬ ਦੇ ਵਿੱਚ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਉੱਥੇ ਆਓ ਹੋਲੇ ਮਹੱਲੇ ਦਾ ਹਿੱਸਾ ਬਣੋ ਪਰ ਹੁੱਲੜਬਾਜ਼ ਸਟੰਟ ਬਾਦ ਗੁਰੇਜ਼ ਕਰਨ ਜੀ ਬਿਲਕੁਲ ਉਹਨਾਂ ਨੇ ਕਿਹਾ ਸੀ ਔਰ ਬਹੁਤ ਸਾਰੇ ਪਰਲੋਕ ਜਿਹੜੇ ਹੁੰਦੇ ਨੇ ਨਾ ਟੈਣਾ ਸਾਹਿਬ ਉਹ ਉਹਨਾਂ ਦੀ ਆਦਤ ਹੁੰਦੀ ਹੈ ਕਿ ਉਹ ਮੰਨਦੇ ਨਹੀਂ ਹੁੰਦੇ ਕਿਸੇ ਦੀ ਹੈਨਾ ਮਤਲਬ ਇਹ ਲੋਕ ਬਾਕੀਆਂ ਨੂੰ ਵੀ ਬਦਨਾਮ ਕਰਦੇ ਨੇ ਔਰ ਇਹੋ ਜਿਹੇ ਲੋਕ ਹੈਗੇ ਨੇ ਔਰ ਬਹੁਤ ਸਾਰੀਆਂ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀਆਂ ਨੇ ਜਿਦੇ ਵਿੱਚ ਜਿਹੜੇ ਨਿਹੰਗ ਸਿੰਘ ਨੇ ਉਹ ਕਾਫੀ ਜ਼ਿਆਦਾ ਜਿਹੜੇ ਹੁੱਲੜਬਾਜ਼ ਨੇ ਜਿਹੜੇ ਹੁੱਲੜਬਾਜ਼ੀ ਕਰ ਰਹੇ ਨੇ ਉਹਨਾਂ ਨੂੰ ਰੋਕ ਰੋਕ ਕੇ ਤੇ ਉਹਨਾਂ ਨੂੰ ਫਿਰ ਚੰਗਾ ਸਬਕ ਸਿਖਾ ਰਹੇ ਨੇ ਉਹ ਵਧੀਆ ਗੱਲ ਆ ਜਿਹੜੇ ਬੰਦੇ ਸ਼ਬਦਾਂ ਨਾਲ ਨਹੀਂ ਸਮਝਦੇ ਜਿਹੜੇ ਬੰਦੇ ਬੇਨਤੀਆਂ ਨੂੰ ਨਹੀਂ ਕਬੂਲ ਕਰਦੇ ਮਾੜੀ ਮੁੱਟੀ ਮਿੱਟੀ ਉੜੀ ਛੜਨੀ ਵੀ ਚਾਹੀਦੀ ਹੈ ਫਿਰ ਮੈਂ ਇਹ ਨਹੀਂ ਗੱਲ ਕਹਿਣਾ ਵੀ ਕਾਨੂੰਨ ਹੱਥ ਦੇ ਵਿੱਚ ਲਓ ਪਰ ਅਕਲ ਤੋਂ ਕਮ ਲੱਗੇ ਇੱਕ ਗੱਲ ਗੁੱਸਾ ਨਾ ਕਰਿਓ ਹੁਣ ਇੱਕ ਮੋਟਰਸਾਈਕਲ ਦੇ ਉੱਤੇ ਚਾਰ ਜਾਣੇ ਬੈਠ ਕੇ ਜਾਣ ਤੇ ਚਾਰਾਂ ਦੇ ਹੇਲਮਟ ਨਾ ਲਿਆ ਹੋਵੇ ਤਾਂ ਸਿੱਖੀ ਦੀ ਸੇਵਾ ਨਹੀਂ ਆ ਨਹੀਂ ਆ ਟਰੈਕਟਰ ਦੇ ਉੱਤੇ ਬਹੁਤ ਵੱਡੇ ਵੱਡੇ ਲਾ ਕੇ ਸਪੀਕਰ ਤੇ ਮੈਂ ਨਾ ਵੀ ਕੰਨ 파ੜਦਾ ਸੰਗੀਤ ਚੱਲਦਾ ਹੋਵੇ ਇਹ ਕੋਈ ਸਿੱਖੀ ਦੀ ਸੇਵਾ ਨਹੀਂ ਆ ਸੜਕਾਂ ਦੇ ਵਿਚਾਲੇ ਐ ਕਰਦੇ ਜਾਣਾ ਮੇਲ ਦੇ ਤੁਰੇ ਜਾਣਾ ਇਹ ਕੋਈ ਸਿੱਖੀ ਦੀ ਸੇਵਾ ਨਹੀਂ ਆ ਡਾਲੇ ਦੇ ਉੱਤੇ ਬੈਠ ਕੇ ਤੇ ਇੰਜੋਏ ਕਰਨਾ ਮਸਤੀ ਮਾਰਦੇ ਜਾਣਾ ਕਦੇ ਡਾਲੇ ਤੇ ਐ ਕਰਦੇ ਕਦੇ ਉਹ ਕਰਦੇ ਕਦੇ ਰੀਲਾਂ ਬਣਾਉਦੇ ਜਾਂਦੇ ਇਹ ਕੋਈ ਸਿੱਖੀ ਦੀ ਸੇਵਾ ਨਹੀਂ ਆ ਅਨੰਦਪੁਰ ਸਾਹਿਬ ਇਹਨਾਂ ਗੱਲਾਂ ਵਾਸਤੇ ਹੋਕਾ ਨਹੀਂ ਦਿੰਦਾਗਾ ਉਹ ਖਿੱਚਦਾ ਨਹੀਂ ਇਹਨਾਂ ਗੱਲਾਂ ਵਾਸਤੇ ਇਹ ਤਾਂ ਅਸੀਂ ਇੱਕ ਇਹ ਬਣਾ ਲਿਆ ਯਾਰ ਕਿ ਚਲੋ ਦੋ ਦਿਨ ਮौज-ਮਸਤੀ ਦੇ ਘਟੇ ਆਉਨੇ ਆ ਇਹਨਾਂ ਗੱਲਾਂ ਤੋਂ ਆਪਾਂ ਉੱਤੇ ਉੱਠ ਗਏ ਜਿਹੜੇ ਵੀ ਭੈਣਾ ਵੀਰ ਸਤਕਾਰ ਨਾਲ ਸ਼ਰਧਾ ਨਾਲ ਜਾਂਦੇ ਆ ਤੁਹਾਡੇ ਬਾਰੇ ਕੁਝ ਕਹਿਣ ਦੀ ਲੋੜ ਹੀ ਨਹੀਂ ਤੁਸੀਂ ਬਹੁਤ ਚੰਗੇ ਹੋ ਪਰ ਜਿਹੜੇ ਜਾਂਦੇ ਆ ਵੀ ਪਾਈ ਚਲੋ ਇੰਜੋਏ ਕਰਕੇ ਆਉਨੇ ਆ ਚਲੋ ਦੋ ਦਿਨ ਕੱਟ ਕੇ ਆਉਨੇ ਵੇਖ ਕੇ ਆਉਨੇ ਮਾਹੌਲ ਜਾ ਵੇਖ ਕੇ ਆਉਨੇ ਆ ਮਾਹੌਲ ਜੇ ਨੂੰ ਪਿਕਨਿਕ ਚੱਲੇ ਆ ਜੀ ਬਿਲਕੁਲ ਸਹੀ ਕਿਹਾ ਤੁਸੀਂ ਟਾਣਾ ਸਾਹਿਬ ਇਹ ਗੱਲਾਂ ਵਿਚਾਰਨੀਆਂ ਚਾਹੀਦੀਆਂ ਇਹ ਕੋਈ ਪਹਿਲੀ ਵਾਰ ਨਹੀਂ ਹਰ ਸਾਲ ਆਹੀ ਖਬਰਾਂ ਆਉਂਦੀਆਂ ਨੇ ਸਾਹਮਣੇ ਹਨ ਅਸੀਂ ਚਾਹੁੰਦੇ ਹਾਂ ਅੱਜ ਕਿ ਕੋਈ ਵੀ ਇਹੋ ਜਿਹੀ ਖਬਰ ਸਾਹਮਣੇ ਨਾ ਆਵੇ ਜਿਸ ਦੇ ਨਾਲ ਕਿ ਮਨ ਨੂੰ ਸੱਟ ਵੱਜੇ ਸਾਰਾ ਕੁਝ ਸੁੱਖੀ ਸੰਧੀ ਨੇਫਰੇ ਚੜੇ ਔਰ ਚੜਿਆ ਵੀ ਹੈ ਪਰ ਗੱਲ ਇਹ ਹੈ ਟਾਣਾ ਸਾਹਿਬ ਵੀ ਉਹਨਾਂ ਲੋਕਾਂ ਨੂੰ ਵੀ ਮੈਂ ਬੇਨਤੀ ਜ਼ਰੂਰ ਕਰਨਾ ਚਾਹੁੰਦੀ ਆ ਜਿਹੜੇ ਲੋਕ ਪਾਣੀ ਨੂੰ ਬਹੁਤ ਜ਼ਿਆਦਾ ਜਿਨ੍ਹਾਂ ਨੇ ਨਾ ਵਿਅਰਥ ਕੀਤਾ ਮਨ ਬੜਾ ਦੁਖੀ ਹੋਇਆ ਇਹ ਚੀਜ਼ਾਂ ਵੇਖ ਕੇ ਵੀ ਪਾਣੀ ਤਾਂ ਅੱਗੇ ਪੀਣ ਨੂੰ ਨਹੀਂ ਲੱਭਦਾ ਪਾਣੀ ਤਾਂ ਅੱਗੇ ਆਪਾਂ ਸਾਰੇ ਜਦੋਂ ਚਾਰ ਬੰਦੇ ਬੰਦੇ ਆ ਤੇ ਚਿੰਤਾ ਜ਼ਰੂਰ ਕਰਦੇ ਆ ਵੀ ਪਾਣੀ ਦਾ ਪੱਧਰ ਨੀਵਾ ਹੁੰਦਾ ਜਾਂਦਾ ਡਾਰਕ ਜ਼ੋਨ ਦੇ ਵਿੱਚ ਬਹੁਤ ਸਾਰੇ ਇਲਾਕੇ ਜਿਹੜੇ ਉਹ ਆ ਗਏ ਪਾਣੀ ਪੀਣ ਨੂੰ ਨਹੀਂ ਲੱਭਣਾ ਭਵਿੱਖ ਦੇ ਵਿੱਚ ਤੇ ਇਦਾਂ ਅਸੀਂ ਦਿਨ ਤਿਉਹਾਰਾਂ ਦੇ ਉੱਪਰ ਪਾਣੀ ਨੂੰ ਜਿਸ ਤਰੀਕੇ ਨਾਲ ਵਿਅਰਥ ਕਰਦੇ ਆਂ ਵੀ ਇੱਕ ਦੂਜੇ ਉੱਪਰ ਸਿੱਟੀ ਜਾਂਦੇ ਆਂ ਸਾਫ਼ ਪੀਣ ਯੋਗ ਜਿਹੜਾ ਪਾਣੀ ਐ ਉਹਨੂੰ ਅਸੀਂ ਵਿਅਰਥ ਕਰ ਰਹੇ ਆਂ ਬੱਚੇ ਕਰ ਰਹੇ ਨੇ ਤੇ ਅਸੀਂ ਰੋਕਣਾ ਬੱਚਿਆਂ ਨੂੰ ਉੱਥੇ ਵੱਲ ਵੀ ਖਿਆਲ ਇਹਨਾਂ ਨੇ ਕਹਿਣ ਦਾ ਮਤਲਬ ਕੋਈ ਨਾ ਕੋਈ ਨਾ ਟਿੱਪਣੀ ਕਰਦੇ ਹੁੰਦੇ ਕਈ ਲੈ ਫਲਾਣੇ ਧਰਮ ਚ ਕਿਹੜਾ ਇਦਾਂ ਹੈ ਨਹੀਂ ਉਹ ਵੀ ਗਲਤ ਹਨ ਹਾਂ ਜੇਕਰ ਕੋਈ ਕੁਦਰਤੀ ਦਾਤਾਂ ਦੀ ਦੁਰਵਰਤੋਂ ਕਰਦਾ ਕੁਦਰਤ ਦੇ ਸੋਮਿਆ ਦੀ ਦੁਰਵਰਤੋਂ ਕਰਦਾ ਜਿਹੜਾ ਇਹ ਪਾਣੀ ਆ ਇਹ ਨਾ ਨਵਿਉਣਯੋਗ ਸੋਮਾ ਜੀ ਜਿਹੜਾ ਵਰਤ ਲਿਆ ਗੱਲ ਖਤਮ ਜਿਹੜਾ ਪੀ ਲਿਆ ਗੱਲ ਖਤਮ ਇਹਨਾਂ ਨੂੰ ਸੰਭਾਲ ਕੇ ਵੀ ਤਾਂ ਆਪ ਰੱਖਣਾ ਕੁਦਰਤ ਵੀ ਤਾਂ ਸਾਨੂੰ ਮਹਾਰਾਜ ਵੀ ਤਾਂ ਇਹੀ ਗੱਲ ਕਹਿੰਦਾ ਬਲਹਾਰੀ ਕੁਦਰਤ ਦੀ ਗੱਲ ਕੀਤੀ ਆ ਪਰ ਆਪ ਮੰਨਦੇ ਕਿੱਥੇ ਆ ਜੀ ਨਾਲੇ ਸਭ ਤੋਂ ਵੱਡੀ ਗੱਲ ਇਹ ਟੈਣਾ ਸਾਬ ਕੱਲੂ ਜੇ ਪਾਣੀ ਮੁੱਕ ਗਿਆ ਇੱਕ ਨਾ ਇੱਕ ਦਿਨ ਤਾਂ ਮੁਕਣਾ ਹੀ ਹੈ ਨਾ ਜਿਵੇਂ ਅਸੀਂ ਵਿਅਰਥ ਕਰ ਰਹੇ ਹਾਂ ਜਦੋਂ ਮੁੱਕ ਗਿਆ ਤੇ ਫਿਰ ਨਾ ਪੀਣ ਜੋਗਾ ਰਹਿਣਾ ਤੇ ਫਿਰ ਮਨਾ ਲਿਓ ਹੋਲੀਆਂ ਫਿਰ ਫਿਰ ਕੋਈ ਹੋਰ ਤਿਉਹਾਰ ਮਨਾ ਲਿਓ ਅਸੀਂ ਸਾਡੀ ਆਦਤ ਹੁੰਦੀ ਹੈ ਵੀ ਪਾਣੀ ਦਾ ਪੈਪ ਛੱਡ ਕੇ ਤੇ ਲੱਗੇ ਰਹੇ ਨੇ ਘਰ ਧੋਣ ਤੇ ਆਹ ਕਰ ਲੋ ਗੱਡੀਆਂ ਧੋ ਲੋ ਮੋਟਰਸਾਈਕਲ ਧੋ ਲੋ ਵੀ ਥੋੜਾ ਜਿਹਾ ਸਾਨੂੰ ਸਮਝ ਤੋਂ ਕੰਮ ਲੈਣਾ ਚਾਹੀਦਾ ਵੀ ਅਸੀਂ ਇੱਕ ਕੱਪੜੇ ਨਾਲ ਵੀ ਗੱਡੀ ਨੂੰ ਜਿਹੜਾ ਸਾਫ਼ ਕਰ ਸਕਦੇ ਹਾਂ ਦੋ ਪਹੀਆ ਵਾਹਨ ਨੂੰ ਸਾਫ਼ ਕਰ ਸਕਦੇ ਹਾਂ ਘਰ ਜਿਹੜਾ ਪੋਚੇ ਨਾਲ ਆਵੇ ਤਾਂ ਆਂਡੀਆਂ ਗਵਾਂਡੀਆਂ ਨੂੰ ਪੁੱਛ ਅਰੇ ਸੁਚਿਤਰਾ ਆਪਕੇ ਟੂਟੀ ਆਈ ਕਿ ਨਹੀਂ ਸੁਚਿਤਰਾ ਦੇ ਕਿੱਥੋਂ ਆ ਗਈ ਤੁਹਾਡੇ ਗਵਾਂਡੀਆਂ ਤਾਂ ਰਹਿੰਦੀ ਆ ਜੇ ਤੁਹਾਡੇ ਨਹੀਂ ਆਈ ਤਾਂ ਉਹਦੇ ਕਿੱਥੋਂ ਆਈ ਜਾਨਵੀ ਕੇ ਵੀ ਮੈਨੇ ਪੁੱਛਿਆ ਤਾਂ ਉਹਨਕੇ ਵੀ ਨਹੀਂ ਆਈ ਹਾਂ ਹਣ ਜਾਨਵੀ ਕਿੱਥੋਂ ਲਿਆਵੇ ਟੂਟੀ ਸਾਰਿਆਂ ਨੇ ਗੰਦ ਪਾਇਆ ਆਪਾਂ ਸਹੀ ਗੱਲ ਆ ਘੱਟ ਕਿਸੇ ਨੇ ਵੀ ਮੰਨਿਆ ਨਹੀਂ ਇਸ ਕਰਕੇ ਸਾਰੇ ਮੰਨਿਏ ਕਿ ਅਸੀਂ ਗਲਤ ਹਾਂ ਹੂੰ ਗੱਲ ਫੇਰ ਬਣੂਗੀ ਉਹ ਵੀ ਹਾਜ਼ਰ ਹੈ ਜੱਜ ਦਾ ਵੀ ਚਾਹ ਕਣਾ ਸਾਹਿਬ ਲੋਬਿਕ ਟਿਕਟ ਮਿਲ ਗਈ ਟਿਕਟ ਮਿਲ ਗਈ ਮੈਂ ਜਾਣਾ ਕੱਲ ਨੂੰ ਮੋਗੇਵਾਲ ਜਾਣਾ ਟਿਕਟ ਮੈਨੂੰ ਵੀ ਮਿਲ ਜਾਣੀ ਹੈ ਬੱਸ ਦੀ ਟਿਕਟ ਲਓ ਨਿਯਾਰੇ ਲਓ ਤਾਕੀ ਵਾਲੇ ਪਾਸੇ ਬੈਠੋ ਅੱਛਾ ਜੀ ਹਾਂ ਤੇ ਕੰਮ ਕਿਨੇ ਜੇਕਰ ਤੇ ਏਸੀ ਬੱਸ ਹੋਵੇ ਤੇ ਫਿਰ ਬੱਸ ਕਿਉਂਕਿ ਉਹ ਲੈਂਦੇ ਟਿਕਟ ਦਾ 4-500 ਰੁਪਈਆ ਹਾਂਜੀ ਸੌਂਜੋ ਅੱਛਾ 4-500 ਖਰਚ ਕੇ ਸੌਂਜੋ ਜਗਦੇ ਰਹੋ ਫਿਰ ਸੌਂਜੋ ਮਤਲਬ ਨੀਂਦ ਪੂਰੀ ਕਰੋ ਅੱਛਾ ਜੀ ਜੇ ਉੱਥੇ ਬੈਠ ਕੇ ਵੀ ਰੀਲਾਂ ਦੇਖਣੀਆਂ ਹਾਂ ਤੇ ਫਿਰ ਜਿਹੜੀ ਮਰਜ਼ੀ ਬੱਸ ਚ ਵਜ ਤੁਰ ਕੇ ਚਲੇ ਜਾਓ ਚਲੋ ਮਰਜ਼ੀ ਆਗਲੇ ਦੀ ਜਿਹਨੇ ਜਿਹੜੀ ਬੱਸ ਜਾਣਾ ਹੈ ਪਰ ਤੁਸੀਂ ਕੱਲ ਨੂੰ ਜੇ ਮੋਗਿਆਲ ਨੂੰ ਜਾਣਾ ਤਾਂ ਕੰਮ ਕਿਨੇ ਕਰਨਾ ਤੁਸੀਂ ਮੈਂ ਕੱਲ ਕਿੱਥੋਂ ਕਰ ਲੂੰਗੀ ਮੈਂ ਕਰਕੇ ਕੰਮ ਜਾਊਂਗਾ ਉਹ ਟੈਣਾ ਸਾਹਿਬ ਮੈਂ ਉਸ ਟਿਕਟ ਦੀ ਗੱਲ ਨਹੀਂ ਕਰ ਰਹੀ ਤੁਸੀਂ ਵੀ ਹੋਰੀ ਪਾਸੇ ਤੁਰ ਪਏ ਨੇ ਨਾਲੇ ਮੈਨੂੰ ਤੋਰ ਲੈਣੇ ਆ ਰੇਲਵੇ ਦੀ ਓਏ ਨਹੀਂ ਜਾਇ ਤੇ ਆਜੋ ਹੁਣ ਜਾਇ ਦੀ ਨਹੀਂ ਹਾਂ ਬਾਰਲੇ ਮੁਲਖੋ ਚ ਕਹਿੰਦੇ ਹੁੰਦੇ ਆ ਟੱਲ ਮੈਂ ਰੈੱਡ ਲਾਈਟ ਜੰਪ ਕਰ ਲਈ ਮੈਨੂੰ ਟਿਕਟ ਮਿਲੀ ਉਹ ਹੋਣੀ ਹੈ ਇਹ ਉਹ ਵਾਲੀ ਵੀ ਨਹੀਂ ਆ ਹਾਂ ਕੰਗਣਾ ਰਣੌਤ ਨੂੰ ਮਿਲ ਗਈ ਟਿਕਟ ਭਾਜਪਾ ਦੀ ਟਿਕਟ ਉਹਨੂੰ ਮੰਡੀ ਖੇਤਰ ਤੋਂ ਮਿਲੀ ਉਹ ਤਾਂ 3600 ਵਰੀ ਗੱਲ ਕਹੀ ਸੀ ਵੀ ਉਹਨੇ ਚੋਣ ਲੜਨੀ ਹੈ ਲੜਨੀ ਹੈ ਲੜਨੀ ਹੈ ਐਵੇਂ ਥੋੜੀ ਬੇਬੇ ਮਹਿੰਦਰ ਕੌਰ ਨੂੰ ਕਹਦੇ ਸੀ ਵੀ ਪਾਈਏ ਤਾਂ ਗਲਤ ਨੇ ਐਵੇਂ ਥੋੜੀ ਕਿਸਾਨਾਂ ਨੂੰ ਕਹਿੰਦੇ ਸੀ ਵੀ ਇਹ ਤਾਂ ਗਲਤ ਨੇ ਐਵੇਂ ਥੋੜੀ ਭਾਜਪਾ ਦੀ ਹਰ ਗੱਲ ਦੇ ਵਿੱਚ ਹਾਮੀ ਭਰਦੇ ਸੀਗੇ ਕੋਈ ਗੱਲ ਸੀ ਉਹਦੇ ਅੰਦਰ ਸਹੀ ਹੈ ਐਵੇਂ ਥੋੜੀ ਨਾਲ ਸੁਰੱਖਿਆ ਕਰਮਚਾਰੀ ਮਿਲਦੇ ਆ ਕੋਈ ਗੱਲ ਸੀ ਉਹਦੇ ਅੰਦਰ ਸਹੀ ਹੈ ਐਵੇਂ ਤਾਂ ਨਹੀਂ ਆਪਾਂ ਹਰ ਕਿਸੇ ਮਾਮਲੇ ਦੇ ਵਿੱਚ ਆਪਣੀ ਟਾਂਗੜਾ ੜਾਉਣ ਨੂੰ ਆਪਣਾ ਫਰਜ਼ ਸਮਝਦੇ ਸੀ ਇਹ ਕੋਈ ਗੱਲ ਸੀ ਵਿੱਚ ਹੂੰ ਠੀਕ ਹੈ ਫਿਰ ਅਗਲਾ ਨੂੰ ਟਿਕਟ ਮਿਲ ਗਈ ਹੈ ਬਿਲਕੁਲ ਜੀ ਜਿਹਨੂੰ ਜਿਹਨੂੰ ਟਿਕਟ ਮਿਲੀ ਆ ਸਾਨੂੰ ਕੋਈ ਇਤਰਾਜ਼ ਨਹੀਂ ਬਹੁਤ ਵਧੀਆ ਗੱਲ ਆ ਤੁਸੀਂ ਟਿਕਟਾਂ ਦੇ ਹੱਕਦਾਰ ਹੋਵੋਗੇ ਸ਼ਾਇਦ ਮੈਂ ਸ਼ਾਇਦ ਜਿਹੜੀ ਗੱਲ ਕਹੀ ਆ ਇਹਨੂੰ ਤੁਸੀਂ ਸਾਬਤ ਕਰਨਾ ਇਹਨੂੰ ਸਾਬਤ ਜਿੱਤੇ ਹੋਇਆਂ ਨੇ ਕਰਨਾ ਲੋਕਾਂ ਨੇ ਸਾਬਤ ਕਰਨਾ ਲੋਕਾਂ ਨੇ ਸਾਬਤ ਕਰਨਾ ਲੋਕਾਂ ਨੇ ਜਿੱਤੌਣਾ ਤੇ ਜਿੱਤ ਕੇ ਸਾਬਤ ਤੁਸੀਂ ਕਰਨਾ ਸੇ ਜੇ ਤੁਹਾਨੂੰ ਉਸ ਤੋਂ ਬਾਅਦ ਇਹ ਲੱਗੇ ਕਿ ਅਬ ਤੋਂ ਫਿਲਮੇ ਵੀ ਕਰਨੀ ਚਾਹੀਏ। ਔਰ ਰਾਜਨੀਤੀ ਕੇ ਲਈ ਤਾਂ ਮੈਂ ਬਣੀ ਹੀ ਨਹੀਂ ਸੀ। ਨਹੀਂ। ਅੱਗੇ ਕੇ ਭਾਈਚਾਰੇ ਚ ਬੰਦੇ ਨੇ ਕਿਹਾ ਇਹ सनी देओल ਨੇ। ਔਰ ਇਹ ਜੇ ਗਦਰ ਨਾ ਚਲਦੀ ਤਾਂ ਉਹਨੇ ਹਲਕਾ ਕਿਤੇ ਬਦਲ ਕੇ ਚੋਣ ਲੜ ਲੜੀ ਸੀ। ਸਹੀ। ਉਹਦੀ ਚੱਲ ਗਈ ਕਿ ਮੈਂ ਤਾਂ ਸੋਚਦਾ ਹਾਂ ਕਿ ਅਬ ਇਹ ਖੇਤਰ ਮੇਰੇ ਲਈ ਨਹੀਂ ਹੈ। ਪਾਪਾ। ਪਾਪਾ। ਅ ਮੈਂ ਇਸੇ ਕੰਮ ਮੈਂ ਰਹੂੰਗਾ। ਸੇਵਾ ਕੈਸੇ ਵੀ ਕੀਤੀ ਜਾ ਸਕਦੀ ਹੈ? ਜੀ। ਪਰ ਗੱਲ ਇਹ ਹੈ ਨਾ ਡਾਣਾ ਸਾਹਿਬ ਵੀ ਇਹ ਜਿਹੜੀਆਂ ਇਹ ਗੱਲਾਂ ਹੁਣ ਹੋਣੀਆਂ ਨੇ ਟਿਕਟਾਂ ਜਿਹੜੀਆਂ ਮਿਲਣੀਆਂ ਨੇ ਲੋਕਾਂ ਨੇ ਵੋਟਾਂ ਪਾਉਣੀਆਂ ਨੇ ਹਾਲੇ ਤਾਂ ਹੋਰ ਕਈ ਉਮੀਦਵਾਰ ਆਉਣਗੇ ਹਾਲੇ ਕਈ ਪਾਰਟੀਆਂ ਛੱਡਣਗੇ ਹਾਲੇ ਤਾਂ ਬਹੁਤ ਕੁਝ ਹੋਣਾ ਬਿਲਕੁਲ ਸੱਚ ਆ ਬਹੁਤ ਕੁਝ ਹੋਣਾ ਪੰਜਾਬੀਓ ਤੇ ਦੇਸ਼ ਦੁਨੀਆ ਦੇ ਵਾਸੀਓ ਸੋਚੋ ਸਮਝੋ ਤੇ ਵਿਚਾਰਿਓ ਹੂੰ ਬਾਅਦ ਵਿੱਚ ਨਾ ਕਰੋਂਡੀ ਜੀ ਬਣ ਕੇ ਬਹਿ ਜੰਨੇ ਆਪਾਂ ਵੀ ਭਾਈ ਐ ਨਹੀਂ ਤਾਂ ਇਹ ਹੋ ਗਿਆ ਐ ਨਹੀਂ ਇਹ ਰਫਜਾ ਬੰਦਾ ਸੀ ਫਰਜ ਆਪਣੇ ਵੀ ਬੰਦੇ ਸੀ ਆ ਪਕੜ ਨਬੋਨੇ ਆ ਸੋ ਮੇਰੀ ਬੇਨਤੀ ਆ ਵੀ ਕੰਗੜਾ ਨੜੋ ਜਦੋਂ ਵੀ ਤੁਹਾਡੇ ਕੋਲੇ ਆਈ ਵੋਟਾ ਮੰਗਣ ਸਤਕਾਰ ਦੇਣਾ ਚਾਹਦਾ ਪਹਿਲਾਂ ਸਾਂਝਾ ਕਰਨਾ ਬਲੈਕ ਕਾਫੀ ਮੰਗੋ ਉਹਦੇ ਉਹਨੂੰ ਪਰ ਪਿਆ ਕੇ ਉਹਨੂੰ ਇਹ ਗੱਲ ਕਹਿਣੀ ਵੀ ਭਾਈ ਅੱਖਾਂ ਚੱਖ ਪਾ ਐਨਕ ਲਾਓ ਪਹਿਲਾਂ ਹੁਣ ਗੱਲ ਕਰ ਵੀ ਭਾਈ ਤੁਹਾਨੂੰ ਮੰਡੀ ਖੇਤਰ ਦੇ ਬਾਰੇ ਕੀ ਕੀ ਪਤਾ ਤੇ ਤੁਸੀਂ ਕਿੰਨੀ ਦੇਰ ਚ ਕਿਹੜਾ ਮਸਲਾ ਹੱਲ ਕਰੋਗੇ ਆ ਮਸਲਾ ਸਾਡਾ ਹੈਗਾ ਹੱਲ ਕਰਾਂਗੇ ਕਿੰਨੀ ਦੇਰ ਚ ਲਿਖਵਾ ਕੇ ਲੈਣਾ ਤੋ ਇਹ ਜਦੋਂ ਫਿਲਮਾਂ ਕਰਦੇ ਕੌਂਟਰੈਕਟ ਕਰਦੇ ਇੰਨੇ ਪੈਸੇ ਪਹਿਲਾਂ ਤੇ ਇੰਨੇ ਅਦਿਸ਼ ਤੇ ਇੰਨੇ ਮੁਕੰਮਲ ਹੋਣ ਤੇ ਤੁਸੀਂ ਪਹਿਲਾਂ ਕਰ ਲਓ ਕੌਂਟਰੈਕਟ ਤਰਾਰ ਕਰੋ ਵੀ ਭਾਈ ਐ ਨਹੀਂ ਆਏ ਆ ਬਾਕੀ ਵੀ ਭਾਵੇਂ ਕਾਂਗਰਸੀ ਆਵੇ ਭਾਵੇਂ ਆਮਰਵੀ ਪਾਰਟੀ ਵਾਲਾ ਆਵੇ ਭਾਵੇਂ ਪੰਜਾਬ ਚ ਅਕਾਲੀ ਦਲ ਦੇ ਆਗੂ ਹੋਣ ਪਾਵੇ ਕੋਈ ਆਜ਼ਾਦ ਆ ਵੀ ਸਤਕਾਰ ਦਿਓ ਪਹਿਲਾਂ ਪੂਰਾ ਸਤਕਾਰ ਲਿਆ ਲਿਆ ਕਿ ਨਹੀਂ ਰੀ ਲਿਆ ਰਹੋ ਦੇਖੋ ਗੱਲ ਇਹ ਹੈ ਵੀ ਤੁਹਾਡੇ ਲੈਜ਼ੇ ਦੇ ਵਿੱਚ ਬਦਤਮੀਜ਼ੀ ਨਹੀਂ ਹੋਣੀ ਚਾਹੀਦੀ ਲਿਆਕਤ ਦੇ ਨਾਲ ਤਰਕ ਦੇ ਨਾਲ ਅਗਲੇ ਨਾਲ ਗੱਲ ਕਰੋ ਚਾਹੇ ਕੋਈ ਵੀ ਆ ਤੇ ਬਾਕੀ ਜੇ ਬੀਬੀ ਜੀ ਦੇ ਮਾਮਲੇ ਦੇ ਵਿੱਚ ਲੋਕ ਜਿਹੜੇ ਨੇ ਮੰਡੀ ਖੇਤਰ ਦੇ ਉਹ ਚਾਹੁੰਦੇ ਨੇ ਵੀ ਅਸੀਂ ਪਹਿਲਾਂ ਕੋਈ ਤਿਆਰੀ ਕਰਨੀ ਹੈ ਕੁਝ ਵੀ ਤਾਂ ਗੁਰਦਾਸਪੁਰੀਆਂ ਨੂੰ ਫੋਨ ਕਰਕੇ ਉਹ ਪੁੱਛ ਲੈਣ ਵੀ ਪਾਈਏ ਫਿਲਮਾਂ ਵਾਲੇ ਕਿਵੇਂ ਕਰਦੇ ਹੁੰਦੇ ਐ ਐਸੇ ਕੀ ਕੀ ਗੁਰਦਾਸਪੁਰ ਵਾਲਿਆਂ ਨੇ ਘਟਿਆ ਤੇ ਕੀ ਕੀ ਵੜਨਾ ਫਿਰ ਉਹ ਸੋਚ ਕੇ ਵੋਟਾਂ ਪਾ ਲਿਓ ਬਿਲਕੁਲ ਸੱਚੀ ਗੱਲ ਆ ਸੋ ਐਤਕੀ ਭਾਈ ਸੋਚ ਸਮਝ ਕੇ ਵੋਟਾਂ ਤੇ ਚੇਤੇ ਰੱਖਿਓ ਕਿਨੇ ਤੁਹਾਡੇ ਲਈ ਕੀ ਕੀਤਾ ਆਖਰੀ 2-3 ਮਹੀਨੇ ਵਾਲੀਆਂ ਗੱਲਾਂ ਨਹੀਂ ਤੁਹਾਨੂੰ ਕਿਹੜਾ ਚੇਤੇ ਹੁਣ ਮੈਂ ਪੰਜਾਬ ਦੇ ਲੋਕਾਂ ਨੂੰ ਇੱਕ ਬੇਨਤੀ ਕਰਦਾ ਤੁਹਾਨੂੰ ਐਸਵਾਈਐਲ ਚੇਤੇ ਹੈ ਹੁਣ ਤੁਹਾਨੂੰ ਚੇਤੇ ਹੈ ਕਿ ਚੰਡੀਗੜ੍ਹ ਤੇ ਪੰਜਾਬੀ ਬੋਲਦੇ ਇਲਾਕਿਆਂ ਨੇ ਮਸਲੇ ਵੀ ਹੈਗੇ ਆ ਤੁਹਾਨੂੰ ਚੇਤੇ ਹੈ ਇੱਕ ਵੇਦਵੀ ਵਾਲਾ ਮਸਲਾ ਵੀ ਹੈ ਤੁਹਾਨੂੰ ਚੇਤੇ ਹੈ ਕਿ ਗੋਲੀकांड ਵਾਲਾ ਮਸਲਾ ਵੀ ਹੈ ਤੁਹਾਨੂੰ ਚੇਤੇ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਲਾਪਤਾ ਹੋਏ ਸੀ ਤੁਹਾਨੂੰ ਕੁਝ ਨਹੀਂ ਚੇਤਾ ਤੁਹਾਨੂੰ ਕੀ ਚੇਤੇ ਆ ਅੱਛਾ ਐਨੇ ਇਹਨਾਂ ਘਟਚੋੜ ਕਰ ਲੈਣਾ ਤਰਲੇ ਆਪਾਂ ਨੂੰ ਕੀ ਆਪਣਾ ਤਾਂ ਹੋਇਆ ਨਹੀਂ ਕਿਸੇ ਨਾਲ ਜਿਹਦੇ ਨਾਲ ਆਪਣੀ ਵਿਗੜੀ ਸਿਹਤ ਬਣੀ ਐ ਉਹਦੇ ਬਾਰੇ ਫਿਕਰ ਆ ਆ ਕਾਲੀਆਂ ਦਾ ਕੀ ਬਣੋ ਤੁਹਾਡਾ ਕੀ ਬਣੋ ਆਪ ਵਾਲੇ ਪਤਾ ਨਹੀਂ ਕੀ ਕਰਨਗੇ ਉਹ ਅੰਦਰ ਚਲਾ ਗਿਆ ਆਪਾਂ ਸੋਚ ਗਏ ਆਪਣੇ ਹਲਕੇ ਦਾ ਕੀ ਬਣੋ ਆਪਣੇ ਮਹੱਲੇ ਦਾ ਕੀ ਬਣੋ ਹੱਸਦੇ ਕਿਉਂ ਤੁਸੀਂ ਅੱਜਕੱਲ ਤੁਸੀਂ ਇੰਨੇ ਗੁੱਸੇ ਵਿੱਚ ਕਿਉਂ ਆ ਜਾਂਦੇ ਹੋ ਮੈਂ ਵੈਸੇ ਹੀ ਮੈਂ ਨਾ ਜਦੋਂ ਵੇ ਨਾ ਫਿਕਰ ਕਰੀ ਜਾਂਦੇ ਲੀਡਰਾਂ ਦਾ ਸਹੀ ਗੱਲ ਆ ਉਹ ਰੱਗੇ ਪੁੱਗੇ ਹਨ ਹੂੰ ਮੈਂ ਗੁੱਸੇਤ ਨਹੀਂ ਕਾ ਨਹੀਂ ਹੱਸਣਾ ਕਰੋ ਹੋਰ ਤੁਸੀਂ ਵੀ ਕਹੋਗੇ ਹੱਸਿਆ ਨਾ ਕਰੋ ਆਦੀ ਹਜ਼ਰਾ ਚੰਚੀ ਦਾ ਮਿਚਾ ਹਰਮਨਜੀਤ ਅਨੰਦਪੁਰ ਸਾਹਿਬ ਦੇ ਵਿੱਚ ਬਹੁਤ ਸਾਰੇ ਮੰਤਰੀ ਸਹਿਬਾਨ ਬਹੁਤ ਸਾਰੇ ਵਿਧਾਇਕ ਸਹਿਬਾਨ ਵੀ ਜਾ ਰਹੇ ਆ ਚਲੋ ਸਾਰਿਆਂ ਨੂੰ ਜਾਣਾ ਚਾਹੀਦਾ ਜਿਹਦੇ ਕੋਲੇ ਸਮਾਂ ਹੈ ਉਹਨੂੰ ਜ਼ਰੂਰ ਜਾਣਾ ਚਾਹੀਦਾ ਸ਼ਰਦਾ ਦੀ ਕੋਈ ਕੀਮਤ ਨਹੀਂ ਹੁੰਦੀ ਸ਼ਰਦਾ ਅਣਮੁੱਲੀ ਹੈ ਸ਼ਰਦਾ ਬਹੁਮੁੱਲੀ ਹੈ ਤੇ ਉਥੇ ਪੰਜਾਬ ਦੇ ਮੰਤਰੀ ਜਿਹੜੇ ਹਰਜੋਤ ਸਿੰਘ ਬੈਂਸੋਰੀ ਵੀ ਗਏ ਹਰਜੋਤ ਸਿੰਘ ਬੈਂਸੋਰੀ ਜਾ ਰਹੇ ਤੇ ਕੰਨਾਂ ਦੇ ਵਿੱਚ ਸਪੀਕਰ ਦੀ ਆਵਾਜ਼ ਪੈਂਦੀ ਹੈ ਕੰਨਪਾੜਵਾ ਸੰਗੀਤ ਚੱਲਦਾ ਉਥੇ ਕੰਨਾਂ 'ਚ ਆਵਾਜ਼ ਪੈਂਦੀ ਉਧਰਲੇ ਪਾਸੇ ਨੂੰ ਮੁੜੇ ਤੇ ਇੱਕ ਰੱਸੀ ਦੇ ਉੱਤੇ ਨਿੱਕੀ ਜੀ ਬੱਚੀ ਤੁਰ ਰਹੀ ਹੈ ਹੱਥ ਦੇ ਵਿੱਚ ਡਾਂਗ ਨਹੀਂ ਫੜੀ ਹੁੰਦੀ ਹੈ ਤੇ ਰੱਸੀ ਦੇ ਉੱਤੇ ਐ ਕਰਕੇ ਉਹਦਾ ਸੰਤੁਲਨ ਬਣਾ ਕੇ ਜਾ ਰਹੀ ਹੈ ਉਧਰਲੇ ਪਾਸੇ ਨੂੰ ਗਏ ਤੇ ਬੱਚੀ ਨੂੰ ਐ ਕਰਕੇ ਥੱਲੇ ਲਾ ਲਿਆ ਅੱਛਾ ਜੀ ਕਹਿੰਦੇ ਬੇਟਾ ਤੂੰ ਅੱਜ ਤੋਂ ਬਾਅਦ ਇਹਉਂ ਨਹੀਂ ਕਰਨਾ ਰੱਸੀ ਤੇ ਨਹੀਂ ਤੁਰੇਂਗੀ ਉਹ ਕੁੜੀ ਦਾ ਭਰਾ ਕਹਿੰਦਾ ਵੀ ਫਿਰ ਅਸੀਂ ਖਾਵਾਂਗੇ ਕੀ ਸਾਡੀ ਮਜਬੂਰੀ ਹੈ ਥੋੜੇ ਜੇ ਪੈਸੇ ਉਹਨਾਂ ਨੇ ਬੈਂਸ ਸਾਹਿਬ ਨੇ ਉਹਨੂੰ ਦਿੱਤੇ ਕਹਿੰਨੇ ਵੀ ਭਾਈ ਇਹ ਸਮਾਨ ਪੁਲਿਸ ਨੂੰ ਕਹਾਂ ਵੀ ਸਾਰਾ ਜ਼ਬਤ ਕਰ ਲਓ ਹੂੰ ਇਸ ਬੱਚੀ ਨੂੰ ਸਕੂਲ ਦੇ ਵਿੱਚ ਜਾਣਾ ਚਾਹੀਦਾ ਤੇ ਭਾਈ ਮੁੰਡਿਆ ਜੇ ਤੂੰ ਕੰਮ ਕਰਨਾ ਹੀ ਆ ਤੇ ਬਹੁਤ ਵਧੀਆ ਗੱਲ ਤੂੰ ਇੱਥੇ ਆ ਕੇ ਕੁਝ ਹੋਰ ਲਿਆ ਕੇ ਵੇਚਲਾ ਪਰ ਇਦਾਂ ਤੂੰ ਰਸੀ ਤੇ ਨਹੀਂ ਤੋੜਨੀ ਕੁੜੀ ਬਹੁਤ ਵਧੀਆ ਗੱਲ ਹੈ ਬੈਂਸ ਸਾਹਿਬ ਬਹੁਤ ਸੋਹਣੀ ਗੱਲ ਕੀਤੀ ਹੈ ਕਿਉਂਕਿ ਸਾਡੇ ਕੋਲੇ ਕਿਹੜਾ ਕੋਈ ਤਿਆਰੀ ਹੁੰਦੀ ਹੈ ਜੇ ਮੰਨ ਲਓ ਡਿੱਗ ਪਈ ਗਿੱਟਾ ਗੋਡਾ ਟੁੱਟੂਗਾ ਤੁਸੀਂ ਫਿਕਰ ਕੀਤਾ ਬੱਚੇ ਦੇ ਭਵਿੱਖ ਦੇ ਬਾਰੇ ਫਿਕਰ ਕੀਤਾ ਪਰ ਚੱਕਰ ਇਹ ਆ ਵੀ ਸਾਰਾ ਪੰਜਾਬ ਹੀ ਰਸੀ ਤੇ ਤੁਰ ਰਿਹਾ ਤੇ ਸੰਤੁਲਨ ਨਹੀਂ ਬਣ ਰਿਹਾ ਸੰਗਰੂਰ ਤੇ ਸੁਨਾਮ ਦੇ ਵਿੱਚ ਵੀ ਸੰਤੁਲਨ ਨਹੀਂ ਬਣ ਰਿਹਾ ਸ਼ਾਹੀ ਸ਼ਰਾਬ ਦੇ ਕਰਕੇ ਲੋਕ ਬੜੇ ਮਰ ਗਏ ਆ ਉਦਾਂ ਤਾਂ ਪੰਜਾਬੀ ਸ਼ਾਹੀ ਬਿਰਤੀ ਵਾਲੇ ਹੁੰਦੇ ਸੀ ਸ਼ਾਹੀ ਜ਼ਿੰਦਗੀ ਜਿਉਂਦੇ ਸੀ ਪਰ ਉਹ ਸ਼ਾਹੀ ਬ੍ਰਾਂਡ ਮਾਰਕੇ ਵਾਲੀ दारू ਨੇ ਮਾਰ ਤੇ 21 ਜਣੇ ਮਰ ਗਏ ਆ ਆਜੋ ਆਪਾਂ ਸਾਰੇ ਜਣੇ ਸਾਰੇ ਪੰਜਾਬੀ ਰੱਸੀ ਤੇ ਤੁਰਨੇ ਤੇ ਝੂਲਦੇ ਪੰਜਾਬ ਨੂੰ ਬਚਾਈਗੀ ਨਹੀਂ ਬਚਣਾ ਜਣਾ ਸਾਹਿਬ ਇਹ ਨਾ ਪੱਖੀ ਗੱਲ ਕਿਉਂ ਕਹੀ ਆ ਹੁਣ ਇਹਦੇ ਬਾਰੇ ਜਾਣਦੇ ਆ ਇਹ ਕਦੇ ਨਹੀਂ ਬਚਣਾ ਇਹ ਗੱਲ ਕੌੜੀ ਹੈ ਪਰ ਇਹ ਨਹੀਂ ਬਚਣਾ ਕਿਉਂਕਿ ਸਾਡੀ ਆਦਤ ਹੈ ਅਸੀਂ ਦੂਜੇ ਦਾ ਮੋਢਾ ਲੱਭਦੇ ਆ ਬੰਦੂਕ ਚਲਾਉਣ ਦੇ ਲਈ ਅਸੀਂ ਕਦੀ ਆਪਣੀ ਗਲਤੀ ਮੰਨੀ ਹੈ ਕਿ ਇਸ ਥਾਂ ਤੇ ਮੈਂ ਵੀ ਗਲਤ ਆ ਮੈਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਕੀ ਅਸੀਂ ਕਦੇ ਆਪਣੇ ਹਿੱਸੇ ਆਉਂਦੀਆਂ ਜ਼ਿੰਮੇਵਾਰੀਆਂ ਨਿਭਾਈਆਂ ਨੇ ਕਿਆ ਮੇਰੀ ਜ਼ਿੰਮੇਵਾਰੀ ਬਣਦੀ ਹੈ ਭਾਈ ਵੀ ਮੈਂ ਇਸ ਜ਼ਿੰਮੇਵਾਰੀ ਨੂੰ ਪੂਰਾ ਕਰਨਾ ਹੀ ਕਰਨਾ ਹੈ ਇਹਦੇ ਨਾਲ ਮੇਰੇ ਮੁਲਕ ਦਾ ਮੇਰੇ ਸੂਬੇ ਦਾ ਭਲਾ ਹੋਗਾ ਚਾਹੇ ਲੀਡਰ ਨੇ ਚਾਹੇ ਆਮ ਲੋਕ ਨੇ ਚਾਹੇ ਕੋਈ ਮੰਤਰੀ ਹੈ ਚਾਹੇ ਕੋਈ ਵੀ ਹੈ ਕਿੰਨੇ ਕੁ ਲੋਕ ਨੇ ਸਮਾਜ ਦੇ ਵਿੱਚ ਸਣੇ ਸਾਡੇ ਤੁਹਾਡੇ ਟਣਾ ਸਭ ਕਿੰਨੇ ਕੁ ਲੋਕ ਨੇ ਜਿਹੜੇ ਆਪੋ ਆਪਣੇ ਹਿੱਸੇ ਆਉਂਦੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਨੇ ਜਿਹੜੇ ਆਪੋ ਆਪਣੇ ਫਰਜ਼ਾਂ ਦੇ ਬਾਬਤ ਜਾਣਦੇ ਨੇ ਸਾਨੂੰ ਹੱਕ ਪਤਾ ਨੇ ਪਤਾ ਹੋਣੇ ਚਾਹੀਦੇ ਨੇ ਇਹਦੇ 'ਚ ਕੋਈ ਦੋਰਾਏ ਨਹੀਂ ਪਰ ਫਰਜ਼ ਕਿੱਥੇ ਨੇ ਸਾਡੇ ਘਰ ਪ੍ਰਤੀ ਸਾਡੇ ਆਪਣੇ ਪ੍ਰਤੀ ਸਾਡੇ ਸੂਬੇ ਪ੍ਰਤੀ ਸਾਡੇ ਸ਼ਹਿਰ ਪ੍ਰਤੀ ਸਾਡੇ ਦੇਸ਼ ਪ੍ਰਤੀ ਸਾਡੇ ਫਰਜ਼ ਕਿੱਥੇ ਨੇ ਅਸੀਂ ਜਿਹੜੇ ਲੀਡਰ ਨੇ ਚਾਹੇ ਉਹ ਸੈਂਟਰ ਦੀ ਗੱਲ ਕਰ ਲੋ ਚਾਹੇ ਤੁਸੀਂ ਸੂਬੇ ਦੀ ਗੱਲ ਕਰ ਲੋ ਕਿਸੇ ਵੀ ਸੂਬੇ ਦੀ ਗੱਲ ਕਰ ਲੋ ਟਾਣਾ ਸਾਹਿਬ ਸਾਡੇ ਚੋਂ ਹੀ ਨੇ ਅਸੀਂ ਚੁਣੇ ਨੇ ਸ਼ਰਾਬਾਂ ਪੀ ਪੀ ਕੇ ਬੱਤੇ ਪੀ ਪੀ ਕੇ 버ਗਰ ਟਿਕੀਆਂ ਖਾ ਖਾ ਕੇ ਅ ਕਚੌਰੀਆਂ ਪਿੱਛੇ ਲੜ ਲੜ ਕੇ ਲੱਡੂਆਂ ਪਿੱਛੇ ਇੱਕ ਦੂਜੇ ਦਾ ਸਿਰ ਪਾੜ ਪਾੜ ਕੇ ਅਸੀਂ ਚੁਣੇ ਨੇ ਤੇ ਜੇ ਅਸੀਂ ਚਾਹਦੇ ਲੀਡਰ ਆਪ ਨਹੀਂ ਚੁਣ ਸਕਦੇ ਤਾਂ ਅਸੀਂ ਸਰਕਾਰਾਂ ਨੂੰ ਕਿਵੇਂ ਗਲਤ ਕਹਿ ਸਕਦੇ ਆ ਬਈ ਕਿੰਨੀ ਕਵਾਰ ਸੋਚ ਸਮਝ ਕੇ ਅਸੀਂ ਵੋਟ ਪਾਉਨੇ ਆ ਕਿੰਨੀ ਕਵਾਰ ਅਸੀਂ ਘਰੋਂ ਨਿਕਲਦੇ ਆ ਜਦੋਂ ਵੋਟ ਪਾਉਣ ਦੇ ਲਈ ਆਪਣੇ ਬੱਚਿਆਂ ਨੂੰ ਵੇਖ ਕੇ ਤੇ ਫੇਰ ਜਾਂਦੇ ਆ ਵੀ ਭਾਈ ਇਹਨਾਂ ਦਾ ਭਵਿੱਖ ਤੈਅ ਕਰਨ ਚੱਲੇ ਆ ਜਦ ਤੱਕ ਅਸੀਂ ਨਹੀਂ ਸੁਧਰਾਂਗੇ ਉਦੋਂ ਤੱਕ ਪੰਜਾਬ ਰੱਸੀ ਤੇ ਹੀ ਚੱਲੂਗਾ ਡੋਲੂਗਾ ਡਿਗੂਗਾ ਇਹਨਾਂ ਦੇ ਗੋਡੇ ਵੀ ਛਿੱਲੇ ਜਾਣਗੇ ਗਿੱਟੇ ਵੀ ਟੁੱਟਣਗੇ ਸਭ ਕੁਝ ਹੋਊਗਾ ਬਿਲਕੁਲ ਤੇ ਅਗਲੀ ਗੱਲ ਕੱਲਾ ਕੱਲਾ ਬੰਦਾ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਉਂਦਾ ਤੁਸੀਂ ਇਹ ਗੱਲ ਕਹੋ ਵੀ ਭਾਈ ਤੁਹਾਡਾ ਧੀ ਪੁੱਤ ਆ ਕੁਝ ਕਰ ਰਿਹਾ ਸੀ दारू ਪੀਂਦਾ ਸੀ ਨਸ਼ਾ ਕਰਕੇ ਡਿੱ ਗਿਆ ਪੈਸੀ ਦੀ ਸੰਗਤ ਮਾੜੀ ਆ ਤੇ ਫਟ ਤੁਹਾਨੂੰ ਇਹ ਗਲਗੈਨ ਤੂੰ ਕੀ ਲੈਣਾ ਤੁਹਾਡਾ ਪਰਿਵਾਰ ਰੱਸੀ ਤੇ ਤੁਰ ਰਿਹਾ ਤੁਸੀਂ ਇਸ ਗੱਲ ਨੂੰ ਨਹੀਂ ਮੰਨਦੇ ਤੁਹਾਡਾ ਪਿੰਡ ਰੱਸੀ ਤੇ ਜਾ ਰਿਹਾ ਪਰ ਕਿਉਂਕਿ ਤੁਸੀਂ ਆਪ ਦਾ ਇਨਕੋ ਗੋਲਕਧਰਾ ਜਿਹਾ ਬਣਾ ਕੇ ਬੈਠੇ ਆਂ ਵੀ ਭਾਈ ਸਾਡਾ ਤਾਂ ਇਨਕ ਠੀਕ ਆ ਇਹ ਰੱਸੀ ਤੇ ਤੁਰਦੇ ਹੋਏ ਪੰਜਾਬ ਦੇ ਵਿੱਚੋਂ ਕੋਈ ਨਾ ਕੋਈ ਇਧਰਲੇ ਪਾਸੇ ਵੀ ਜਾਊਗਾ ਇਹ ਜੇ ਪਿੰਡ ਰੱਸੀ ਤੇ ਤੁਰ ਰਿਹਾ ਇਹਦਾ ਵੀ ਨੁਕਸਾਨ ਹੋਊਗਾ ਇੱਕ ਬੱਚੀ ਨੂੰ ਆਪਾਂ ਐ ਫੜ ਕੇ ਲਾ ਲਿਆ ਇਸ ਪੰਜਾਬ ਨੂੰ ਰੱਸੀ ਤੋਂ ਕੌਣ ਲਾਊਗਾ ਤੁਸੀਂ ਹੀ ਲਾਉਂਗੇ ਸਾਡੇ ਚ ਬਹੁਤੇ ਪੰਜਾਬਗਾਂ ਨੇ ਤਾਂ ਤੁਹਾਨੂੰ ਮੌਕਾ ਦਿੱਤਾ ਲਾਓ ਭਾਈ ਬਿਲਕੁਲ ਸਾਡੇ ਚ ਬਹੁਤੇ ਤਾਂ ਟਾਣਾ ਸਾਹਿਬ ਕੱਚਾ ਜਿਹਾ ਹੱਥ ਦੇ ਕੇ ਇਸੇ ਗੱਲ ਦੀ ਉਡੀਕ ਚ ਖੜੇ ਰਹਿੰਦੇ ਨੇ ਵੀ ਇਹ ਡਿਗੇ ਇਹ ਰੱਸੀ ਤੋਂ ਡਿਗੇ ਦਾ ਗੋਡਾ ਛਿੱਲਿਆ ਜਾਵੇ ਤਾਂ ਮਜ਼ਾ ਤਾਂ ਆਉਂਦਾ ਜਾਂ ਇਹਨੂੰ ਧੱਕਾ ਮੈਂ ਦੇ ਦਿਨਾ ਅਸੀਂ ਤਾਂ ਇਸੇ ਗੱਲ ਦੇ ਵਿੱਚ ਆ ਅਸੀਂ ਤਾਂ ਉਸ ਰੱਸੀ ਨੂੰ ਤੋੜਨ ਦੇ ਚੱਕਰ ਚ ਆ ਉਹਨੂੰ ਵੱਢਣ ਦੇ ਚੱਕਰ ਦੇ ਵਿੱਚ ਆ ਅਸੀਂ ਕਿੰਨਾ ਕ ਕਿਸੇ ਦੀ ਬਾਹ ਫੜਦੇ ਆ ਮੁਸੀਬਤ ਦੇ ਵੇਲੇ ਸਾਡੇ ਗਵਾਂਢ ਦੇ ਵਿੱਚ ਹੋ ਸਕਦਾ ਕੋਈ ਦਵਾਈ ਦੇ ਲਈ ਵਿਚਾਰਾ ਪਿਆ ਹੋਵੇ ਵੀ ਉਹਰੇ ਕੋਲ ਦਵਾਈ ਜੋਗੇ ਪੈਸੇ ਨਾ ਹੋਣ ਕੋਈ ਹੋ ਸਕਦਾ ਹੈ ਕਿ ਪੜਨਾ ਚਾਹੁੰਦਾ ਹੋਵੇ ਪਰ ਉਹ ਪੜ ਨਾ ਸਕਦਾ ਹੋਵੇ ਕੋਈ ਹੋ ਸਕਦਾ ਹੈ ਵੀ ਧੀ ਪੁੱਤਰ ਨੂੰ ਵਿਆਹਣਾ ਚਾਹੁੰਦਾ ਹੋਵੇ ਪਰ ਉਹਦੇ ਕੋਲ ਉਹਨੇ ਪੈਸੇ ਨਾ ਹੋਣ ਵੀ ਧੀ ਪੁੱਤਰ ਨੂੰ ਵਿਆਹ ਸਕੇ ਕਿੰਨੇ ਕਨੇ ਸਾਡੇ ਜੋ ਜਿਹੜੇ ਆਣ ਗਵਾਂਡ ਦਾ ਹਾਲ ਪੁੱਛਦੇ ਨੇ ਭਾਈ ਵੀ ਕਿਸੇ ਚੀਜ਼ ਦੀ ਲੋੜ ਆ ਤਾਂ ਦੱਸੋ ਅਸੀਂ ਹੈਗੇ ਬਿਲਕੁਲ ਸੱਚ ਲੋੜ ਵੀ ਹਾਜ਼ਰ ਹੈ ਜੱਜ ਦਾ ਵਿਚਾਰ ਵਕਫੇ ਮੁਬਾਰਕ ਪਰ ਫਿਰ ਤੋਂ ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਚਾਹਦਾ ਵਿਚਾਰ ਵੇਖ ਰਹੇ ਹੋ ਤੁਸੀਂ ਮੈਂ ਹਰਮਨ ਥਿੰਦ ਮੇਰੇ ਨਾਲ ਨੇ ਸਵਰਨ ਸਿੰਘ ਟਾਣਾ ਤੇ ਆਪਾਂ ਅਗਲੀਆਂ ਖਬਰਾਂ ਵੱਲ ਵਧੀਏ ਟਾਣਾ ਸਾਹਿਬ ਤੁਸੀਂ ਸ਼ਰਾਬ ਦਾ ਜ਼ਿਕਰ ਕੀਤਾ ਉਹ ਸ਼ਰਾਬ ਉਹ ਜ਼ਹਿਰੀਲੀ ਸ਼ਰਾਬ ਉਹ ਜ਼ਹਿਰ ਹੀ ਕਹੂੰਗੀ ਮੈਂ ਜਿਸ ਦੇ ਕਰਕੇ ਬਹੁਤ ਸਾਰੀਆਂ ਮੌਤਾਂ ਹੋ ਗਈਆਂ ਟਾਣਾ ਸਾਹਿਬ ਘਰਾਂ 'ਚ 70 ਵਿਛ ਗਏ ਔਰ ਹੁਣ ਕਹਿੰਦੇ ਆ ਕਿ ਉਸ ਸ਼ਰਾਬ ਦੇ ਬਾਬਤ ਬਹੁਤ ਕੁਝ ਖੁੱਲ ਕੇ ਸਾਹਮਣੇ ਆਇਆ ਦੇਖੋ ਜੀ ਇਹਦਾ ਨਾਂ ਹੈ ਸ਼ਾਹੀ ਬਹਿਤਾ ਪੰਜਾਬ ਦੇ ਵਿੱਚੋਂ ਗਿੱਧੇ ਭੰਗੜੇ ਗੱਭਰੂ ਮੁਟਿਆਰਾਂ ਬਾਹਰ ਚਲੇ ਗਏ ਜਾਂ ਖੁੱਸ ਗਏ ਜਾ ਖੁਸ਼ੀਆਂ ਖੁਸ ਗਿਆ ਪਰ ਅੱਜ ਕੱਲ ਦਾਰੂਆਂ ਦੇ ਨਾਂ ਕੀ ਹੁੰਦੇ ਆ ਜਿਹੜੀਆਂ ਰਬੜ ਦੀਆਂ ਸ਼ੀਸ਼ੀਆਂ ਵਿੱਚ ਹੁੰਦੀਆਂ ਗਿੱਧਾ ਭੰਗੜਾ ਝੂਮਰ ਮਟਿਆਰ ਗੱਭਰੂ ਇਦਾਂ ਦੇ ਨਾਂ ਹੁੰਦੇ ਆ ਆ ਹੁਣ ਸ਼ਾਹੀ ਸ਼ਾਹੀ ਪੰਜਾਬ ਸੀ ਅੱਜ ਕੱਲ ਕੀ ਆ ਅਜ ਸਿਆਹੀ ਨਾਲ ਲਿਖਿਆ ਹੋਇਆ ਇਹ ਆ ਕਿ ਭਾਈ ਪੰਜਾਬ ਉਹ ਨਹੀਂ ਰਿਹਾ ਉੱਥੇ ਸ਼ਾਹੀ ਬ੍ਰਾਂਡ ਦੀ ਇੱਕ ਦਾਰੂ ਬਣਦੀ ਆ ਮੀਥਨੋਲ ਨੁਐਡਾ ਤੋਂ ਲੈ ਕੇ ਆਉਂਦੇ ਆ ਹਰਮਨਪ੍ਰੀਤ ਸਿੰਘ ਨਾਂ ਦਾ ਇੱਕ ਤੇ ਇੱਕ ਹੋਰ ਦਾ ਸਾਥੀ ਆ ਉਹ ਇਹਦੇ ਮਾਸਟਰਮਾਈਂਡ ਆ ਜਿਵੇਂ ਕਿ ਪੁਲਿਸ ਨੇ ਕਿਹਾ ਉਹ ਕਹਿੰਦੇ ਜੀ ਕਿ ਇਹਨਾਂ ਨੇ ਘਰ ਦੇ ਵਿੱਚ ਹੀ ਪ੍ਰਿੰਟਰ ਲਾਇਆ ਹੋਇਆ ਲੇਬਲ ਬਣਾਉਣ ਦੇ ਲਈ ਉਹ ਕੱਟ ਕੇ ਸ਼ੀਸ਼ਿਆਂ ਤੇ ਚਪਕਾਉਂਦੇ ਆ ਜਿਹੜੀ ਉੱਤੇ ਸੀਲ ਬੰਦ ਲਾਉਣੀ ਹੁੰਦੀ ਟੱਕੜ ਬੰਦ ਕਰਨਾ ਹੁੰਦਾ ਇਹਨਾਂ ਨੇ ਮਸ਼ੀਨ ਲੈਂਦੀ ਲੁਧਿਆਣੇ ਤੋਂ ਇਹ ਜੀ ਇੱਥੇ दारू ਬਣਾ ਬਣਾ ਕੇ ਤੇ ਵੇਚਦੇ ਸੀ ਤੇ ਕਈ ਪੇਟੀਆਂ ਹੁਣ ਹੋਰ ਬਰਾਮਦ ਕੀਤੀਆਂ ਤੇ ਜਿਹੜੇ ਲੋਕ ਆ ਉਹ ਵੀ ਕੀ ਸੋਚਦੇ ਵੀ ਭਾਈ ਸਾਨੂੰ ਸਸਤੀ ਮਿਲਦੀ ਆ ਇੱਕ ਪੈਗ ਲੈਣਾ ਅੱਜ ਨਿੱਕੀ ਜਿਹੀ ਥੈਲੀ ਲੈ ਲਓ ਦੋ ਪੈਗ ਲਾਉਣੇ ਆ ਆਹ ਲੋ 35 ਰੁਪਈਆ ਦੇ 40 ਰੁਪਈਆ ਦੇ ਇਸ ਚੱਕਰ ਦੇ ਵਿੱਚ ਪਾ ਪਾ ਕੇ ਟੀਕੇ ਤੇ ਪਾ ਪਾ ਕੇ ਕੈਮੀਕਲ ਇਹਨੇ ਲੋਕਾਂ ਨੂੰ ਮਾਰਤਾ ਇਹ ਕਾਤਲ ਨੇ ਪੰਜਾਬ ਦੇ ਮੈਂ ਤੁਹਾਨੂੰ ਇੱਕ ਨਿੱਕੀ ਜਿਹੀ ਗੱਲ ਦੱਸਦਾ ਮੇਰਾ ਇੱਕ ਦੋਸਤ ਆ ਉਹ ਮੇਰੇ ਕੋਲੇ ਅਕਸਰ ਇਸ ਗੱਲ ਦਾ ਜ਼ਿਕਰ ਕਰਦਾ ਹੁੰਦਾ ਕਿ ਅਸੀਂ ਆਪਦੇ ਪਰੌਣੇ ਦੀ ਬੜੀ ਸੇਵਾ ਕਰਦੇ ਹਾਂ ਸਾਨੂੰ ਕੋਈ ਇਤਰਾਜ਼ ਨਹੀਂ ਵਧੀਆ ਗੱਲਾਂ ਕਰਨੀ ਚਾਹੀਦੀ ਆ ਉਹਨੇ ਕਿਹਾ ਵੀ ਜਦੋਂ ਵੀ ਉਹ ਸਾਡੇ ਕੋਲੇ ਆਉਂਦਾ ਨਾ ਆਪਾਂ ਵੀ ਫਲਾਣੇ ਬ੍ਰਾਂਡ ਦੀ दारू ਦੀ ਬੋਤਲ ਮੂਰੇ ਰੱਖ ਦੇਈਦੀ ਆ ਆਪਾਂ ਜੀ ਘਰ ਦੀ ਕੱਢੀ ਮੂਰੇ ਰੱਖ ਦੇਈਦੀ ਆ ਆਪਾਂ ਜੀ ਉਹਨੂੰ ਆਖ ਖਵਾ ਲਈਦਾ ਉਹ ਬਈ ਬੜੇ ਖੁਸ਼ੀ ਨਾਲ ਬੋਤਲੀ ਪੀ ਜਾਂਦਾ ਫਿਰ ਉਹਨੇ ਮੈਨੂੰ ਐਂ ਗੱਲ ਕਰਨੀ ਤੇ ਫਿਰ ਉਹਨੇ ਮੈਨੂੰ 2-3 ਵਰਿਆਂ ਬਾਅਦ ਇੱਕ ਦਿਨ ਕਹਿੰਦਾ ਯਾਰ ਪ੍ਰੌਣੇ ਸਾਹਿਬ ਦਾ ਲੀਵਰ ਖਰਾਬ ਹੋ ਗਿਆ ਸੀ ਉਹਦੀ ਮੌਤ ਹੋ ਗਈ ਮੈਂ ਕਿਹਾ ਮੌਤ ਨਹੀਂ ਹੋਈ ਪੱਕੀ ਫੀਸ ਦੀ ਕਾਤਲ ਤੁਸੀਂ ਆਪਦੇ ਪ੍ਰੌਣੇ ਦੇ ਗੁੱਸਾ ਦਾ ਕਰੀ ਮੈਂ ਕਿਹਾ ਤੁਸੀਂ ਆਪ ਦਾ ਪ੍ਰੌਣਾ ਹੱਥੀ ਮਾਰਿਆ ਗੁੱਸੇ ਹੁੰਦਾ ਤਾਂ ਹੋ ਜਾਂਦਾ ਤੁਸੀਂ ਮੇਰੇ ਕੋਲ ਕਦੇ ਤਾਂ ਇਹ ਗੱਲ ਕੀਤੀ ਵੀ ਸੀ ਵੀ ਭਾਈ ਉਹ दारू ਮੰਗਦਾ ਸੀ ਸੀ ਉਹਨੂੰ ਸਮਝਾਇਆ ਵੇ दारू ਨਹੀਂ ਤੂੰ ਨਿਆਣਿਆਂ ਦੇ ਵਿੱਚ ਰਹਿ ਤੂੰ ਖੁਸ਼ੀ ਖੁਸ਼ੀ ਰਹਿ ਤੁਸੀਂ ਚਾਂਬਲ ਕੇ ਮੂਰੇ ਬੋਤਲ ਰੱਖਦੇ ਸੀ ਮੈਨੂੰ ਦੱਸਦੇ ਸੀ ਵੀ ਸੇਵਾ ਕਿਵੇਂ ਹੁੰਦੀ ਹੈ ਤੇ ਹੁਣ ਕਰੋ ਸੇਵਾ ਹੁਣ ਸ਼ਰਾਬ ਕਰੋ ਸਾਡੇ ਲੋਕਾਂ ਲਈ ਨਾ ਟਾਣਾ ਸਾਹਿਬ ਸੇਵਾ ਦਾ ਮਤਲਬ ਹੀ ਇਹ ਰਹਿ ਗਿਆ दारू ਪਿਉਣਾ ਉਦਾਂ ਜਿੰਨੇ ਮਰਜ਼ੀ ਪਕਵਾਨ ਖਵਾ ਲਓ ਜਿੰਨਾ ਮਰਜ਼ੀ ਚੰਗਾ ਫਲ ਫਰੂਟ ਖਵਾ ਲਓ ਜੋ ਮਰਜ਼ੀ ਖਵਾ ਲਓ ਅਸੀਂ ਉਹਨੂੰ ਸੇਵਾ ਨਹੀਂ ਮੰਨਦੇ ਸਾਡੇ ਸਾਡੇ ਲਫ਼ਜ਼ਾਂ ਦੇ ਵਿੱਚ ਸੇਵਾ ਉਹੀ ਹੁੰਦੀ ਹੈ ਜਿਹੜੀ ਕੋਲ ਬਿਠਾ ਕੇ दारू ਪਿਉਣੀ ਚਾਹੇ ਉਹ ਫਿਰ दारू ਦੇ ਨਾਲ ਖਾਣ ਨੂੰ ਕੁਝ ਵੀ ਨਾ ਹੋਵੇ ਹਨਾ ਅਸੀਂ ਇਹ ਸਾਡੀਆਂ ਪਰਿਭਾਸ਼ਾਵਾਂ ਬਦਲ ਗਈਆਂ ਨੇ ਬਹੁਤ ਸਾਰੇ ਮਸਲਿਆਂ ਦੇ ਵਿੱਚ ਤੇ ਅਸੀਂ ਜਦ ਤੱਕ ਸ਼ਰਾਬ ਨੂੰ ਨਸ਼ਾ ਹੀ ਨਹੀਂ ਮੰਨਦੇ ਉਦੋਂ ਤੱਕ ਤਾਂ ਟੈਣਾ ਸਾਹਿਬ ਕਿੱਥੋਂ ਮਸਲੇ ਹੱਲ ਹੋਣਗੇ ਸਾਡੇ ਚ ਬਹੁਤੇ ਕਹਿੰਦੇ ਸ਼ਰਾਬ ਕੋਈ ਨਸ਼ਾ ਥੋੜੀ ਹੈ ਚਲੋ ਸ਼ਰਾਬ ਪੀਂਦਾ ਹੋਵੇ ਕੋਈ ਨਹੀਂ ਕੋਈ ਨਸ਼ਾ ਨਹੀਂ ਕਰਦਾ ਹੋਣਾ ਚਾਹੀਦਾ ਵੀ ਸ਼ਰਾਬ ਨਸ਼ਾ ਹੀ ਹੈ ਨਹੀਂ ਅਸੀਂ ਉਹਨੂੰ ਮੰਨਣਾ ਅਸੀਂ ਉਹਨੂੰ ਅਕਸੈਪਟ ਕਰ ਲਿਆ ਅਸੀਂ ਉਹਨੂੰ ਅਪਣਾ ਲਿਆ ਵੀ ਇਹ ਚਲ ਕੋਈ ਨਹੀਂ ਐਡੀ ਗੱਲ ਨਹੀਂ ਆ ਬੰਦੇ ਹੀ ਪੀਂਦੇ ਹੁੰਦੇ ਮੈਨੂੰ ਉਹਨਾਂ ਲੋਕਾਂ ਤੇ ਸਮਝ ਨਹੀਂ ਆਉਂਦੀ ਕਦੇ ਵੀ ਜਿਹੜੇ ਇਹ ਕਹਿੰਦੇ ਆ ਬੰਦੇ ਹੀ ਪੀਂ ਪੀਣ ਨੂੰ ਤਾਂ ਹੋਰ ਬਹੁਤ ਕੁਝ ਆ ਪਾਣੀ ਪੀਓ ਦੁੱਧ ਪੀਓ ਹੋਰ ਰਹਿਣੀਆਂ ਚੀਜ਼ਾਂ ਜੂਸ ਪੀਓ ਤੁਸੀਂ ਪਰ ਆ ਬੱਤਾ ਪੀ ਲੋ ਤੁਸੀਂ ਆ ਆ ਕਿਹੜੀ ਗੱਲ ਆ ਵੀ ਬੰਦੇ ਹੀ ਪੀਂਦੇ ਹੁੰਦੇ ਨੇ ਮੈਨੂੰ ਨਾ ਇੱਕ ਵਾਰੀ ਇੱਕ ਬੰਦਾ ਤਰਕ ਦੇਵੇ ਕਿਉਂਕਿ ਜਿਹੜਾ ਬੰਦਾ ਜਿਹੋ ਜਿਹਾ ਕੰਮ ਕਰਦਾ ਤਰਕ ਵੀ ਉਹੋ ਜਿਹਾ ਹੁੰਦਾ ਕਹਿੰਦਾ ਚਿੱਟੇ ਦੇ ਕਰਕੇ ਜਵਾਨੀ ਬਹੁਤ ਮਰਦੀ ਕਿਤੇ दारू ਦੇ ਨਾਲ ਇੰਨੇ ਬੰਦੇ ਥੋੜੀ ਮਰਦੇ ਤੇ ਮੈਂ ਕਿਹਾ ਦੁੱਧ ਨਾਲ ਬਿਲਕੁਲ ਵੀ ਨਹੀਂ ਮਰਦੇ ਹੂੰ ਦੁੱਧ ਪੀ ਲੋ ਪਾਣੀ ਪੀ ਲੋ ਜੋ ਕੁਝ ਸੁਨਾਮ ਤੇ ਸੰਗਰੂਰ ਦੇ ਵਿੱਚ ਹੋਇਆ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਸ਼ਾਹੀ ਦਾ ਨਾਮ ਬਦਲਿਆ ਜਾਊਗਾ ਕੁਝ ਸਮੇਂ ਬਾਅਦ ਕੁਝ ਹੋਰ ਨਵੇਂ ਮਰਨਗੇ ਤੇ ਕੁਝ ਹੋਰ ਨਵੇਂ ਮਾਰਨਗੇ ਇਹ ਤਾਂ ਕੈਪਟਨ ਵਰਿੰਦਰ ਸਿੰਘ ਦੀ ਸਰਕਾਰ ਵਲੇ ਵੀ 130 ਤੋਂ ਵੱਧ ਲੋਕ ਮਰੇ ਸੀ ਜੀ ਉਦੋਂ ਅੰਮ੍ਰਿਤਸਰ ਗੁਰਦਾਸਪੁਰ ਤੇ ਤਰਨਤਾਰਨ ਦੀ ਵਾਰੀ ਸੀ ਹੁਣ ਸਲਾਮ ਤੇ ਸੰਗਰੂਰ ਦੀ ਐ ਕੱਲ ਨੂੰ ਤੁਹਾਡੇ ਘਰ ਦੀ ਵਾਰੀ ਆਈ ਲੋ ਇਸ ਕਰਕੇ ਖੁਸ਼ ਨਾ ਹੋਵੇ ਵੀ ਸਾਡਾ ਜ਼ਿਲ੍ਹਾ ਤਾਂ ਬਚਿਆ ਜ਼ਿਲ੍ਹੇ ਦੀ ਜ਼ਿਲ੍ਹੇ ਨਾਲ ਹੱਦਾਂ ਜਿਹੜੀ ਉੱਥੇ ਕਿਹੜਾ ਕੋਈ ਬਹੁਤ ਵੱਡੇ ਕੋਈ ਬੈਰੀਕੇਡ ਖੜੇ ਕੀਤੇ ਵੀ ਕੋਈ ਇਧਰੋਂ ਆ ਜਾ ਨਹੀਂ ਸਕਦਾ ਇਧਰਲੀ ਚੀਜ਼ ਉਧਰ ਜਾਂਦੀ ਹੈ ਉਧਰਲੀ ਚੀਜ਼ ਇਧਰ ਆਉਂਦੀ ਹੈ ਜਦੋਂ ਜੰਗਲ ਦੇ ਵਿੱਚ ਅੱਗ ਲੱਗਦੀ ਹੈ ਤਾਂ ਸਾਰਾ ਜੰਗਲ ਸੜ ਕੇ ਸੁਆਹ ਹੁੰਦਾ ਹੁੰਦਾ ਹੈ ਜਾਨਾ ਸਾਹਿਬ ਅੱਗ ਹੌਲੀ-ਹੌਲੀ ਹੌਲੀ-ਹੌਲੀ ਅੱਗੇ ਤੋਂ ਅੱਗੇ ਫੈਲਦੀ ਹੈ ਤੇ ਇਹ ਵਾਲੀ ਜਿਹੜੀ ਅੱਗ ਹੈ ਇਹ ਕਦੋਂ ਸਾਡੇ ਤੁਹਾਡੇ ਘਰਾਂ ਤੱਕ ਪਹੁੰਚ ਜਾਣੀ ਹੈ ਨਾ ਜੇਕਰ ਅਸੀਂ ਨਾ ਸੱਬੜੇ ਤਾਂ ਸਾਨੂੰ ਪਤਾ ਵੀ ਨਹੀਂ ਲੱਗਦਾ ਤੇ ਵੈਸੇ ਇੱਕ ਗੱਲ ਜਾਣਕਾਰੀ 'ਚ ਵਾਅਦਾ ਕਰ ਦਈਏ ਵੀ ਜਿਹੜੇ ਪਿਛਲੀ ਵਾਰੀ ਕੈਪਟਨ ਮੋਰਿੰਦਰ ਸਿੰਘ ਦੀ ਸਰਕਾਰ ਦੇ ਵੇਲੇ ਪੁਲਿਸ ਮੁਲਾਜ਼ਮ ਸਸਪੈਂਡ ਕੀਤੇ ਸੀ ਨਾ ਉਹ ਸਾਰੇ ਬਹਾਲ ਹੋ ਗਏ ਜਾਣਕਾਰੀ 'ਚ ਵਾਅਦਾ ਰੱਖਿਓ ਤੇ ਜਿਹੜੇ ਤਸਕਰ ਸੀ ਉਹ ਕੁਝ ਫੜੇ ਨਹੀਂ ਗਏ ਤੇ ਜਿਹੜੇ ਫੜੇ ਸੀ ਜ਼ਮਾਨਤ ਮਿਲ ਗਈ ਸੀ ਪਰ ਉਹ ਮੁੜ ਕੇ ਨਹੀਂ ਆਏ ਜਿਹੜੇ ਤੁਰ ਗਏ ਸੀ ਸਾਡੇ ਚੋਂ ਬਹੁਤੇ ਪੰਜਾਬੀ ਟਾਣਾ ਸਾਬ ਮਾਫ ਕਰਨਾ ਇਹ ਗੱਲ ਕੋੜੀ ਹੈ ਪਰ ਮੈਂ ਨਾ ਵੀਡੀਓਜ਼ ਵੇਖਿਆ ਕੁਝ ਉਹਦੇ ਵਿੱਚੋਂ ਇਹ ਗੱਲ ਸਾਹਮਣੇ ਆਈ ਸਾਡੇ ਚੋਂ ਕੁਝ ਕੁ ਪੰਜਾਬੀ ਤਾਂ ਇਹੋ ਜਿਹੇ ਨੇ ਜਿਹੜੇ ਜੰਮ ਦੇ ਨਿਆਣੇ ਦੇ ਮੂੰਹ ਨੂੰ ਵੀ ਉਂਗਲ ਡੋਬ ਕੇ ਸ਼ਰਾਬ ਲਾਉਂਦੇ ਨੇ ਹੂੰ ਤੇ ਉਹ ਪੰਜਾਬੀ ਕਿਵੇਂ ਫਿਰ ਆਪਣਾ ਤੇ ਪੰਜਾਬ ਦਾ ਭਲਾ ਸੋਚ ਲੈਣਗੇ ਮੈਨੂੰ ਦੱਸੋ ਬਿਲਕੁਲ ਸੱਚ ਆ ਵੀ ਹਾਜ਼ਰ ਹੈ ਚੰਚ ਦਾ ਵੀ ਚਾ ਹਰਮਨ ਜੀ ਉਹੀ ਖਬਰ ਫੇਰ ਦੁਖਦਾਈ ਖਬਰ ਕਈ ਭੈਣਾ ਵੀਰੇ ਇਹ ਗੱਲ ਕਹਿਣਗੇ ਵੀ ਸਕਾਰਾਤਮਕ ਖਬਰਾਂ ਕਿਉਂ ਨਹੀਂ ਹੁੰਦੀਆਂ ਪਰ ਨਕਾਰਾਤਮਕ ਵਾਪਰਦਾ ਹੀ ਇਹਨਾਂ ਕੋ ਜਾ ਵੀ ਚਿੱਤ ਨਹੀਂ ਕਰਦਾ ਸੰਝਾ ਕਰਨ ਨੂੰ ਪਰ ਫਿਰ ਵੀ ਸਾਡੀਆਂ ਫੁਕਰੀਆਂ ਸਾਡਾ ਹੋਛਾਪਣ ਸਾਡੀਆਂ ਬਦਤਮੀਜ਼ੀਆਂ ਲੈ ਬੈਂਦੀਆਂ ਸਾਨੂੰ ਸਹੀ ਪੰਜਾਬ ਨੂੰ ਸਰਕਾਰਾਂ ਨੇ ਮਾਰਿਆ ਪੰਜਾਬ ਨੂੰ ਸਿਸਟਮ ਨੇ ਮਾਰਿਆ ਪੰਜਾਬ ਨੂੰ ਸਿਆਸਤਦਾਨਾਂ ਦੀਆਂ ਕੁਝੀਆਂ ਚਾਲਾਂ ਨੇ ਮਾਰਿਆ ਸਾਰਾ ਸੱਚ ਆ ਪੰਜਾਬ ਨੂੰ ਫੁਕਰੀਆਂ ਨੇ ਵੀ ਮਾਰਿਆ ਪੰਜਾਬੀਆਂ ਦੇ ਇੱਕ ਹਿੱਸੇ ਨੂੰ ਬਤਮੀਜ਼ਗਾਨੇ ਵੀ ਮਾਰਿਆ ਹੋਛੇ ਪਣਦੇ ਵੀ ਮਾਰਿਆ ਧੌਣ 'ਚ ਫਸੇ ਹੋਏ ਕਿੱਲੇ ਨੇ ਵੀ ਮਾਰਿਆ ਜਿਹਨੂੰ ਤੁਸੀਂ ਕੀਲਾ ਕਹਿੰਦੇ ਦੋਬਾਬੇ ਵਾਲੇ ਜੀ ਮੈਂ ਫਿਰ ਇੱਕ ਕੀਲੇ ਵਾਲੀ ਗੱਲ ਸਮਝਾਉਣਾ ਪਹਿਲਾਂ ਹਾਂ ਜਦੋਂ ਆਪਣੇ ਫੁੱਲ ਚੁਗੇ ਜਾਂਦੇ ਆ ਜਾਂ ਆਪਾਂ ਕਿਸੇ ਦੇ ਫੁੱਲ ਚੁਗਣ ਜਾਂਦੇ ਆ ਉਤੋਂ ਸਵਾਦ ਹੀ ਢੇਰੀ ਤੇ ਕੁਝ ਕ ਹੱਡੀਆਂ ਮਿਲਦੀਆਂ ਜਿੰਨਾ ਮਰਜ਼ੀ ਲੱਭ ਲਓ ਉਹਦੇ ਵਿੱਚ ਕਿੱਲਾ ਨਹੀਂ ਲੱਭਦਾ ਤੇ ਜੇ ਉਤੋਂ ਲੱਭਦਾ ਨਹੀਂ ਫਿਰ ਧੌਣ 'ਚ ਕਿਉਂ ਫਸਾਇਆ ਸਹੀ ਜਿਹੜਾ ਧੌਣ 'ਚ ਫਸਿਆ ਉਹ ਲੱਭਦਾ ਹੀ ਨਹੀਂ ਫਿਰ ਵਕਰਾਉਣਾ ਕੀ ਇਹ ਤੋਂ ਪਤਾ ਨਹੀਂ ਟਾਣਾ ਸਾਹਿਬ ਇਹ ਜਿੰਨਾ ਮਰਜ਼ੀ ਸਮਝਾ ਲਓ ਜਿੰਨਾ ਮਰਜ਼ੀ ਕਹਿ ਲਓ ਜਿਹਨੇ ਨਹੀਂ ਮੰਨਣਾ ਉਹਨੇ ਨਹੀਂ ਮੰਨਣਾ ਹੁੰਦਾ ਪਰ ਠੋਕਰੇ ਪੰਜਾਬਗਾਂ ਨੂੰ ਮੇਰੀ ਬੇਨਤੀ ਆ ਵੀ ਜੋ ਕੁਝ ਤੁਸੀਂ ਕਰਦੇ ਆ ਨਾ ਗੋਲੀਆਂ ਕਾਲੀਆਂ ਚਲਾਉਣ ਦੇ ਰੂਪ ਚ ਆ ਫੇਰ ਖਬਰ ਆ ਗਈ ਆ ਮਾਝੇ ਦੇ ਵਿੱਚੋਂ ਖਬਰ ਆਈ ਆ ਇੱਕ ਵਿਆਹ ਦੇ ਵਿੱਚ 20 ਜਣੇ ਨੇ ਗੋਲੀਆਂ ਚਲਾਈਆਂ ਜੀ ਦੋ ਜਣੇ ਜ਼ਖਮੀ ਹੋ ਗਏ ਆ ਦੋਵੇਂ ਜਣੇ ਡੀ ਐਮ ਸੀ ਦੇ ਵਿੱਚ ਭਰਤੀ ਆ ਕਹਿੰਦੇ ਦੋ ਗਰੁੱਪਾਂ ਦੀ ਆਪਸ ਦੇ ਵਿੱਚ ਕੋਈ ਮਾੜੀ ਮੋਟੀ ਰੰਜਿਸ਼ ਹੋ ਗਈ ਉਹ ਗੋਲੀਆਂ ਚਲਾਉਣ ਲੱਗ ਗਏ ਤੁਸੀਂ ਕਿੱਡੇ ਕ ਪਲਵਾਨ ਆ ਬਈ ਤੁਸੀਂ ਕਿੱਡੇ ਕੋ ਮਹਾਨ ਵਿਅਕਤੀ ਹੋ ਨਿਸ਼ਾਨੇਬਾਜ਼ ਹੋ ਤੁਹਾਨੂੰ ਕਾਹਦਾ ਖਤਰਾ ਥੋਡੇ ਤੋਂ ਖਤਰਾ ਬਾਂਦਰਾ ਨੂੰ ਗਲੇਲਾਂ ਫੜਾਤੀਆਂ ਜਦੋਂ ਇਹਨਾਂ ਨੇ ਲੈਣਾ ਲਾਇਸੈਂਸ ਉਦੋਂ ਕਹਿੰਦੇ ਜੀ ਅਸੀਂ ਸਵੈ ਰਾਖੀ ਲਈ ਲੈਣਾ ਹੈ ਮੈਨੂੰ ਖਤਰਾ ਹੈ ਥੋਡੇ ਤੋਂ ਖਤਰਾ ਹੈ ਤੁਸੀਂ ਕਿੱਡਾ ਕੋ ਜ਼ੁਲਮ ਦਾ ਟੱਕਰਾ ਕਰਨ ਲਈ ਹਥਿਆਰ ਚੱਕਿਆ ਬਈ ਨਾਲੇ ਸਭ ਤੋਂ ਵੱਡੀ ਗੱਲ ਇਹ ਹੈ ਟਾਣਾ ਸਾਹਿਬ ਕਿਸੇ ਦੇ ਸਮਾਗਮ ਦੇ ਵਿੱਚ ਜਾ ਕੇ ਹੁਣ ਸੋਚੋ ਜਿਹਦਾ ਵਿਆਹ ਹੋਊਗਾ ਜਿਹੜੇ ਮੁੰਡੇ ਕੁੜੀ ਦਾ ਵਿਆਹ ਹੋਊਗਾ ਉਹਨਾਂ ਦੇ ਦਿਮਾਗ ਦੇ ਉੱਪਰ ਉਹਨਾਂ ਪਰਿਵਾਰਾਂ ਦੇ ਦਿਮਾਗ ਦੇ ਉੱਪਰ ਕੀ ਕੁਝ ਬੀਤ ਰਿਹਾ ਹੋਊਗਾ ਕਿ ਕਦੇ ਉਹਨਾਂ ਨੂੰ ਉਹ ਸਾਰਾ ਕੁਝ ਅੱਖੀਂ ਵੇਖਿਆ ਵੀ ਇਹ ਤਾਂ ਪੂਰਾ ਫਿਲਮੀ ਸੀਨ ਦੀ ਤਰ੍ਹਾਂ ਹੋਇਆ ਜਣਾ ਸਾਹਿਬ ਇੱਕ ਨਹੀਂ ਦੋਨੀ 20-20 ਜਣਿਆਂ ਨੇ ਗੋਲੀਆਂ ਚਲਾਈਆਂ ਜਿਵੇਂ ਕੋਈ ਫਿਲਮ ਚੱਲ ਰਹੀ ਹੁੰਦੀ ਆ ਉਹ ਲੋਕ ਤਾਂ ساری ਜ਼ਿੰਦਗੀ ਮੈਨੂੰ ਲੱਗਦਾ ਉਸ ਡਰ ਸਾਹਿਬ ਦੇ ਵਿੱਚੋਂ ਨਹੀਂ ਨਿਕਲ ਸਕਣਗੇ ਜਿਨ੍ਹਾਂ ਨੇ ਅੱਖੀਂ ਸਭ ਕੁਝ ਵੇਖਿਆ ਸੱਚ ਆ ਉਹ ਬੱਚੇ ਵਿਆਹਾਂ ਚ ਤਾਂ ਬੱਚੇ ਵੀ ਆ ਬਜ਼ੁਰਗ ਵੀ ਆ ਔਰਤਾਂ ਵੀ ਨੇ ਸਾਰੇ ਗਏ ਹੁੰਦੇ ਨੇ ਉਹ ਬੱਚਿਆਂ ਦੀ ਜਿਹੜੀ ਕਹਿ ਲਓ ਵੀ ਸਮਝ ਆ ਉਹਦੇ ਉੱਪਰ ਕਿੱਦਾਂ ਦਾ ਅਸਰ ਹੋਇਆ ਹੋਊਗਾ ਇਹ ਸਭ ਕੁਝ ਦਾ ਕਿੰਨੇ ਸਹਿਮ ਗਏ ਹੋਣਗੇ ਉਹ ਵੀ ਅਸੀਂ ਆਪ ਤਾਂ ਆਪਣੀਆਂ ਹਰਕਤਾਂ ਕਰਨੀਆਂ ਹੀ ਹੁੰਦੀਆਂ ਅਸੀਂ ਸੁਧਰ ਤਾਂ ਸਕਦੇ ਨਹੀਂ ਅਸੀਂ ਦੂਜੇ ਦੀਆਂ ਖੁਸ਼ੀਆਂ ਜਿਹੜੀਆਂ ਉਹਨਾਂ ਨੂੰ ਮਾਤਮ ਦੇ ਵਿੱਚ ਕਿਉਂ ਤਬਦੀਲ ਕਰਦੇ ਆਂ ਬਈ ਬਿਲਕੁਲ ਸੱਚ ਗੱਲ ਫੇਰ ਉੱਥੇ ਆ ਕੇ ਮੁਖਦੀ ਹੈ ਕਿ ਜੇਕਰ ਤੁਹਾਨੂੰ ਪਤਾ ਹੈ ਕਿ ਕੋਈ ਤੁਹਾਡਾ ਰਿਸ਼ਤੇਦਾਰ ਹੋਛਾ ਹੈ ਜੇਕਰ ਤੁਹਾਨੂੰ ਪਤਾ ਹੈ ਕਿ ਤੁਹਾਡਾ ਕੋਈ ਰਿਸ਼ਤੇਦਾਰ ਫੁਕਰਾ ਹੈ ਜੇਕਰ ਤੁਹਾਨੂੰ ਇਹ ਗੱਲ ਪਤਾ ਹੈ ਕਿ ਤੁਹਾਡਾ ਕੋਈ ਰਿਸ਼ਤੇਦਾਰ ਜਿਹੜਾ ਆ ਉਹ ਪੀਤੀ ਚਾਪੇ ਤੋਂ ਬਾਹਰ ਹੋ ਜਾਂਦਾ ਹੈ ਜੇਕਰ ਤੁਹਾਨੂੰ ਪਤਾ ਹੈ ਕਿ ਕੋਈ ਤੁਹਾਡਾ ਰਿਸ਼ਤੇਦਾਰ ਡੰਗਰ ਬਿਰਤੀ ਦਾ ਮਾਲਕ ਆ ਤਾਂ ਉਹਨੂੰ ਵਿਆਹ ਤੇ ਬਿਲਕੁਲ ਨਾ ਬੁਲਾਓ ਹੂੰ ਰ ਰਸ ਜਵੇ ਇਹੋ ਜਿਹੇ ਰਿਸ਼ਤੇ ਦਾ ਰੁਸਿਆ ਹੀ ਚੰਗਾ ਹੁੰਦਾ ਇਹੋ ਜਿਹੇ ਨੂੰ ਮਨਾ ਕੇ ਲੈਣਾ ਵੀ ਕਿ ਅਟਾਣਾ ਸਾਹਿਬ ਜਿਹੜੀ ਗੋਲੀਆਂ ਜੁੱਧਰ ਜਿਹਦੇ ਨਾਲ ਉਹ ਜ਼ਖਮੀ ਹੋਏ ਆ ਜੇ ਕਿਤੇ ਇਹ ਕਿਉਂਕਿ ਜੇ 20 ਜਣਿਆਂ ਨੇ ਗੋਲੀਆਂ ਚਲਾਈਆਂ ਤਾਂ ਤੁਸੀਂ ਸੋਚੋ ਕਿੰਨੇ ਲੋਕਾਂ ਦੀ ਜ਼ਿੰਦਗੀ ਜਿਹੜੀ ਆ ਉਹ ਜਾ ਸਕਦੀ ਸੀ 2 ਲੱਖ ਤੇ 87000 ਦੇ ਕਰੀਬ ਪੰਜਾਬੀਆਂ ਦੇ ਕੋਲੇ ਪਰਸਨਲ ਨਿੱਜੀ ਹਥਿਆਰ ਆ ਜੀ ਉਹਦੇ ਵਿੱਚੋਂ ਕਈਆਂ ਨੂੰ ਹੋ ਸਕਦਾ ਖਤਰਾ ਹੋਵੇ ਵੀ ਮੈਂ ਨਹੀਂ ਕਹਣਾ ਵੀ ਸਾਰਿਆਂ ਨੂੰ ਇੱਕੋ ਜਿਹਾ ਹਾਲਾਤ ਆ ਕਈਆਂ ਨੂੰ ਖਤਰਾ ਹੋਊਗਾ ਜਿਹੜੇ ਸੰਭ ਕੇ ਰੱਖਦੇ ਆ ਜਿਹੜੇ ਇਹਨੂੰ ਬੁੱਕਲ ਦਾ ਕਹਿਣਾ ਮੰਨਦੇ ਆ ਹੂੰ ਹਥਿਆਰ ਹਮੇਸ਼ਾ ਬੁੱਕਲ ਦਾ ਹੁੰਦਾ ਫੁਕਰੀ ਦਾ ਨਹੀਂ ਹੁੰਦਾ ਉਹ ਆਪਦੀ ਰਾਖੀ ਵਾਸਤੇ ਵਰਤਦੇ ਆ ਪਰ ਉਸ ਤੋਂ ਵੱਡੀ ਗਿਣਤੀ ਹੈ ਜਿਹੜੀ ਇਹ ਮੇਰੇ ਖਿਆਲ ਵੀ ਜਿਹੜਾ ਪੌਣੇ 3 ਲੱਖ ਹੋ ਗਿਆ ਪੌਣੇ 3 ਲੱਖ ਦੇ ਵਿੱਚੋਂ ਵੱਡੀ ਗਿਣਤੀ ਨੇ ਕਿਹੜਾ ਜ਼ੁਲਮ ਦਾ ਟੱਕਰਾ ਕੀਤਾ ਤੇ ਉਹਨਾਂ 'ਤੇ ਕਦੋਂ ਹਮਲਾ ਹੋਇਆ ਬਈ ਤੁਸੀਂ ਹਮਲਾ ਕੀਤਾ ਤੁਸੀਂ ਵਿਆਹ 'ਚ ਗੋਲੀਆਂ ਚਲਾਈਆਂ ਤੁਸੀਂ ਜਨਮਦਨ ਦੀ ਪਾਰਟੀ 'ਤੇ ਗੋਲੀਆਂ ਚਲਾਈਆਂ ਤੁਸੀਂ ਮੀਟਿੰਗ 'ਚ ਜਾਂਦੇ ਹੋ ਤੁਸੀਂ ਸੜਕ 'ਤੇ ਫਿਰਦੇ ਹੋ ਹਥਿਆਰ ਲੈ ਕੇ ਤੁਸੀਂ ਤਾਂ ਵਿਆਹ ਆਸਤੇ ਅਸਲਾ ਲੈਨੇ ਆ ਅਖੇ ਅਸੀਂ ਫੈਰ ਕੱਢਾਂਗੇ ਫੈਰ ਨਹੀਂ ਤੁਹਾਨੂੰ ਘਰੋਂ ਕੱਢਣਾ ਚਾਹੀਦਾ ਬਾਹੋਂ ਫੜ ਕੇ ਕੱਢਣਾ ਚਾਹੀਦਾ ਆਹ ਦੀ ਹਾਜ਼ਰ ਹੈ ਚੰਚ ਦਾ ਵੀ ਚਾਹ ਤਣਾ ਸਾਹਿਬ ਨਕਰਾਤਮਕ ਖਬਰਾਂ ਬਹੁਤ ਹੋ ਗਈਆਂ ਹੁਣ ਕੋਈ ਹਲਕੀ ਫੁਲਕੀ ਜੀ ਕੋਈ ਹਾਸੋ ਹਿਣੀ ਜੀ ਗੱਲ ਸੁਣਾ ਸੁਣਾਓ ਤੁਸੀਂ ਸੁਣਾਓ ਦੇਖੋ ਮੈਂ ਤਾਂ ਗਾਣਾ ਸੁਣਿਆ ਅੱਛਾ ਜੀ ਜਦ ਮਰਜ਼ੀ ਦੇਖ ਲਈਆਂ ਆ ਕੇ ਹੱਸਦੇ ਹੀ ਰਹਿੰਨੇ ਆ ਆਏ ਹੇ ਹੇ ਸੋਹਣਾ ਗਾਣਾ ਹੈ ਹਾਂ ਹਾਂ ਹੱਸਦੇ ਆ ਐਵੇਂ ਨਹੀਂ ਆਖਿਆ ਮੈਂ ਉਹ ਵੀ ਨਹੀਂ ਹਸਣਾ ਚਾਹੀਦਾ ਜਿਵੇਂ ਤੁਸੀਂ ਹੱਸੇ ਹੋ ਐਵੇਂ ਨਹੀਂ ਕੁਲ ਕੇ ਅਸੋ ਦਾਣਾ ਸਾਹਿਬ ਕੁੱਤਿਆਂ ਤੇ ਇੱਕ ਖੋਜ ਹੋਈ ਹੈ ਬਸ ਆਹ ਰਹਿ ਗਈ ਸੀ ਬਾਕੀ ਤੇ ਧਰਤੀ ਚੰਦ ਤੇ ਸਭ ਤੇ ਹੋ ਗਈ ਆ ਤੁਹਾਨੂੰ ਪਤਾ ਹੈ ਬੜੀ ਵੱਡੀ ਕਾੜ ਗੱਡੀ ਹੰਗਰੀ ਦੀ ਯੂਨੀਵਰਸਿਟੀ ਨੇ ਕੀ ਹੋ ਗਿਆ ਉਹ ਕਹਿੰਦੇ ਜਿਹੜੇ ਕੁੱਤੇ ਹੁੰਦੇ ਨੇ ਨਾ ਉਹਨਾਂ 1000 ਸ਼ਬਦਾਂ ਨੂੰ ਯਾਦ ਰੱਖਣ ਦੇ ਸਮਰੱਥ ਹੁੰਦੇ ਨੇ 1000 ਹਾਂ ਵੀ ਜਿਹੜੀ ਆਮ ਭਾਸ਼ਾ ਬੋਲਚਾਲ ਆਲੀ ਆ ਇਹ ਮੰਨ ਲਓ ਕੋਈ ਘਰੇ ਕੁੱਤਾ ਰੱਖਿਆ ਹੋਇਆ ਹੈ ਨਾ ਵੀ ਉਹ ਕਹਿੰਦੇ ਕਿ 150 ਸ਼ਬਦ ਜਿਹੜੇ ਆ ਉਹਨਾਂ ਦੇ ਨਾਲ ਉਹ ਰੈਲੇ ਹੋ ਜਾਂਦੇ ਨੇ ਉਹਨਾਂ ਨੂੰ ਸਮਝ ਲੈਂਦੇ ਨੇ ਤੇ 1000 ਸ਼ਬਦ ਚੇਤੇ ਰੱਖ ਸਕਦੇ ਨੇ ਬੀਜੇ ਉਹਨਾਂ ਕਹਿੰਗੇ ਬੈਠ ਜਾ ਸਿਟ ਡਾਊਨ ਉਹ ਬੈਹ ਜਾਂਦੇ ਉਹ ਬੈਹ ਜਾਂਦੇ ਸਟੈਂਡ ਅਪ ਖੜੇ ਹੋ ਜਾਂਦੇ ਆ ਹਾਈ ਫਾਈ ਕਰ ਕੁਛ ਐਂਜ ਕਰਦੇ ਆ ਹਨਾ ਐਦਾਂ ਹੁੰਦਾ ਨਾ ਇਹ ਹਾਂ ਐਦਾਂ ਹੁੰਦਾ ਜੇ ਕਿਤੇ ਇਹ ਕੋਈ ਸੱਚੀ ਹੋਵੇ ਹਾਲਾਂਕਿ ਸੱਚੀ ਨਹੀਂ ਹੈਗੀ ਕਿਉਂ ਨਹੀਂ ਸੱਚੀ ਟੱਲ ਸਾਫਤ ਕਰ ਦੇਣਾ ਤੁਸੀਂ ਇਹ ਵੇਖੋ ਸਾਫਤ ਕਰ ਦੇਣਾ ਹਾਂ ਦੱਸੋ ਪਿਛਲੇ 15 ਵਾਰਾਂ ਤੋਂ ਮੈਂ ਕਹ ਰਿਹਾ ਹਟ ਤੇਰੀ ਫੇਰ ਨਹੀਂ ਖੜਦੇ ਓਹੋ ਪਿਆਰ ਦੀ ਵੀ ਕੋਈ ਗੱਲ ਹੁੰਦੀ ਆ ਹੁਣ ਜਿਵੇਂ ਅਸੀਂ ਆਪਣੇ ਘਰ ਚ ਉਹ 1000 ਦੇ ਵਿੱਚ ਇਹ ਕਿਉਂ ਨਾ ਆਇਆ ਪੰਨੂ ਲੱਤਾਂ ਉੱਥੇ ਖੜੇ ਰਹਿੰਦੇ ਆ ਫਾਇਦੇ ਨਹੀਂ ਹੁਣ ਜਿਵੇਂ ਸਾਡੇ ਖਬਰਦਾਰ ਜੀ ਵਹੁ ਵਹੁ ਕੀਤਾ ਜਾਂਦੇ ਹੀ ਨਹੀਂ ਉਹਨਾਂ ਨੇ ਖਬਰਦਾਰ ਜੇ ਵਹੁ ਵਹੁ ਕੀਤਾ ਅਸ਼ੇ ਸ਼ਬਦ ਕਿਉਂ ਨਹੀਂ ਸਿੱਖੇ ਉਹ ਨਹੀਂ ਸਿੱਖੇ ਪਰ ਹੁਣ ਜਿਵੇਂ ਦੇਖੋ ਸਾਡੇ ਘਰ ਚ ਕੁੱਤਾ ਹਨ ਉਹਨੂੰ ਪੰਜਾਬੀ ਸਮਝ ਆਉਂਦੀ ਹੈ ਮਨ ਲਓ ਕਿਸੇ ਗੋਰੇ ਦੇ ਘਰੇ ਕੁੱਤਾ ਹੋਗਾ ਉਹਨੂੰ ਅੰਗਰੇਜ਼ੀ ਸਮਝ ਆਉਂਦੀ ਹੋਊਗੀ ਹੈਨਾ ਕਿਸੇ ਹੋਰ ਹਿੰਦੀ ਬੋਲਣ ਵਾਲੇ ਪਰਿਵਾਰ ਦੇ ਕੋਲ ਕੁੱਤਾ ਉਹਨੂੰ ਹਿੰਦੀ ਦੇ ਸ਼ਬਦ ਸਮਝ ਆਉਂਦੇ ਹੋਣਗੇ ਭਾਵੇਂ ਇਹ ਹੈ ਕਿ ਕੁੱਤਾ ਜਿੱਥੇ ਰਹਿੰਦਾ ਹੈ ਜਿਹੜੇ ਮਾਹੌਲ 'ਚ ਰਹਿੰਦਾ ਹੈ ਉਹ 150 ਸ਼ਬਦ ਉਹਦੇ ਖਾਨੇ ਪੈ ਜਾਂਦੇ ਨੇ ਅੱਜ ਮੈਂ ਇਹ ਸੋਚ ਲਿਆ ਜਦੋਂ ਮੈਂ ਜਾਊਂਗਾ ਨਾ ਮੈਂ ਕੁੱਤੇ ਜਦੋਂ ਕੁੱਤੇ ਦੇ ਕੋਲੇ ਜਾਣਾ ਹਾਂ ਇਹ 15-18 ਜਣੇ ਮੀਟਿੰਗ ਕਰ ਰਹੇ ਹੁੰਦੇ ਜਦੋਂ ਮੈਂ ਜਾਣਾ ਮੈਂ ਕੋਲੇ ਜਾਣਾ ਮੈਂ ਕਹੂੰਗਾ ਡੜਾ 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 ਸਾਰੇ ਜਣੇ ਸਮਝ ਲਓ ਡੜਾ ਇਹ ਤਾਨੂੰ ਸਮਝ ਆ ਗਈ ਨਾ ਤੁਸੀਂ 1000 ਦੇ ਵਿੱਚੋਂ ਮੇਰਾ ਸਿਰਫ ਡੜਾ ਹੀ ਸਮਝਣਾ ਹਾਂ ਤੁਸੀਂ ਭੱਜਿਆ ਕਰੋ ਮੈਂ ਵੇਖੂਗਾ ਫਿਰ ਟੈਣਾ ਸਾਹ ਤੇ ਜੇ ਤੁਸੀਂ ਤਾਂ ਕੁੱਤੇ ਕੋਲ ਜਾ ਕੇ ਹੋਗੇ ਡੜਾ ਤੇ ਜੇ ਕੁੱਤਾ ਤੁਹਾਡੇ ਕੋਲ ਆ ਗਿਆ ਫਿਰ ਮੈਨੂੰ ਤਾਂ ਸਮਝ ਆਉਂਦੀ ਆ ਉਹਨੇ ਆਪਣੀ ਭਾਸ਼ਾ ਸਮਝਾਉਣਾ ਹੈ ਲੱਤ ਫੜ ਕੇ ਫਿਰ ਕੀ ਕਰੋਗੇ ਫਿਰ ਹੰਗਰੀ ਦੀ ਯੂਨੀਵਰਸਿਟੀ ਨੂੰ ਮੈਂ ਤਾਂ ਸਹੀ ਮੰਨੂ ਵੀ ਮੇਰਾ ਇੱਕ ਸ਼ਬਦ ਵੀ ਚੁਣ ਲੈਣਾ ਉਹ ਆ ਤਾਂ ਕੋਈ ਗੱਲ ਨਹੀਂ ਇਹ ਕਿਉਂ ਨਹੀਂ ਲੇ ਹੱਦ ਹੋ ਗਈ ਤੈਨਾ ਸਾਹਿਬ ਅਗਲੇ ਵਿਚਾਰੇ ਉਧਰ ਖੋਜ ਕਰਦੇ ਕਰਦੇ ਹੋ ਸਾਰਾ ਵੀ ਥੱਕ ਗਏ ਹੁਣ ਤੁਸੀਂ ਨਵੀਂ ਗੱਲ ਕੱਢ ਮਾਰੀਏ ਫਿਰ ਇਹ ਸਾਹਿਬ ਨਾਲ ਤਾਂ ਹੰਗਰੀ ਦੀ ਯੂਨੀਵਰਸਿਟੀ ਵਾਲੇ ਜਿਹੜੇ ਪ੍ਰੋਫੈਸਰ ਨੇ ਉਹਨਾਂ ਨੂੰ ਤੁਹਾਡੇ ਮਹੱਲੇ ਚ ਆਉਣਾ ਚਾਹੀਦਾ ਉੱਥੇ ਆ ਕੇ ਮਾਹੌਲ ਚਲ ਵੇਖਣਾ ਚਾਹੀਦਾ ਵੀ ਕੁੱਤੇ ਕੀ ਸਮਝਦੇ ਕੀ ਨਹੀਂ ਬਿਲਕੁਲ ਸੱਚ ਨਹੀਂ ਫਿਰ ਇਹ ਗੱਲਾਂ ਤਾਂ ਸੱਚੀਆਂ ਨੇ ਮੈਂ ਸਹਿਮਤ ਆ ਜਿੰਨਾ ਮਰਜ਼ੀ ਮਹਿੰਗੇ ਕੁੱਤਾ ਰੱਖ ਲੋ ਹਾਂਜੀ ਭਾਵੇਂ ਹੋਵੇ 10 ਲੱਖ ਦਾ ਭਾਵੇਂ ਹੋਵੇ 15 ਦਾ ਭਾਵੇਂ ਹੋਵੇ 50 ਹਜ਼ਾਰ ਦਾ ਰੱਖਿਆ ਭੌਂਕੜਾस्ते ਜਾਂਦਾ ਕੀ ਬਾਤ ਹੈ ਰਾਖੀ ਲਈ ਰੱਖਿਆ ਜਾਂਦਾ ਭੌਂਕੇ ਰਾਖੀ ਕਰਦਾ ਹੋਰ ਡੰਗ ਚੱਕੀ ਫਿਰਦਾ ਐ ਕਰਕੇ ਗੱਲ ਸਹੀ ਐ ਟਾਣਾ ਪਰ ਚਲੋ ਕਿੰਨੀ ਮਰਜ਼ੀ ਮਹਿੰਗੀ ਜੁੱਤੀ ਪਾ ਲੋ ਮਿੱਦਣਾ ਗੋਹੀ ਐ ਨਹੀਂ ਐਡੀ ਜਿੰਨੀ ਮਰਜ਼ੀ ਮਹਿੰਗੀ ਚਾਂਜਰ ਹੋਵੇ ਪੈਂਦੀ ਪੈਰਾਂ ਚ ਹੀ ਆਏ ਹਾਏ ਹਾਏ ਜਿੰਨਾ ਮਰਜ਼ੀ ਸਸਤਾ ਕੋਕਾ ਪਾ ਲੋ ਰਹਿੰਦਾ ਨੱਕ ਚ ਹੀ ਹਾਂ ਹੋਰ ਕੁਛ ਬਸ ਠੀਕ ਆ ਨਹੀਂ ਨਹੀਂ ਹੋਰ ਐਗਜ਼ਾਮਪਲਾਂ ਦੇ ਲੋ ਉਦਾਹਰਨਾ ਹੋਰ ਦਿਓ ਹਾਂ ਚਲੋ ਕੋਈ ਗੱਲ ਨਹੀਂ ਪਰ ਜਿਹੜੇ ਲੋਕ ਕੁੱਤੇ ਨੂੰ ਪਿਆਰ ਕਰਦੇ ਨੇ ਚੰਗੀ ਗੱਲ ਆ। ਕੁੱਤੇ ਜਿਹੜੇ ਆ ਉਹ ਰੱਖਣੇ ਚਾਹੀਦੇ ਨੇ ਸ਼ੌਂਕ ਹੁੰਦਾ ਆਪੋ ਆਪਣਾ ਪਰ ਜਦੋਂ ਕੁੱਤਾ ਕਿਸੇ ਨੂੰ ਖਾ ਲੈਂਦਾ ਉਹ ਵੀ ਗੱਲ ਮਾੜੀ। ਤੇ ਜੇ ਕੁੱਤਾ ਰੱਖਿਆ ਨਾ 20000 ਦਾ 50000 ਦਾ ਤੇ ਨਾਲ ਭਾਈ 200 ਰੁਪਏ ਤੇ ਲਫਾਫੇ ਵੀ ਲੱਲਿਆ ਕਰੋ। ਇਹਨੇ ਹਗਣਾ ਵੀ ਹੁੰਦਾ। ਇਹ ਵੀ ਉਹ ਦੂਜੇ ਦੇ ਗਮਲੇ ਤੇ ਹੀ ਛਾਉਣਾ ਆਪਾਂ। ਸਹੀ। ਤੜਕੇ ਜਾਣ ਗਿਆ ਕਰਕੇ ਆਏਗਾ। ਇਹ ਮੈਂ ਇਸ ਨੂੰ ਗੁਮਾ ਕੇ ਲਾਤਾ ਹੂੰ। ਗੁਮਾ ਕੇ ਲਾਤੇ ਹੋ। ਖੰਬੇ ਇਸੇ ਕਮਲੇ ਨਹੀਂ ਲਾਏ। ਹਾਂ। ਚਲੋ ਚਲ ਗਿਆ ਪਟਨਾ ਸਾਹਿਬ ਹਾਂ ਸਾਡੇ ਜਾਣ ਦਾ ਹੋ ਗਿਆ ਵੇਲਾ ਆਪਣੀ ਪ੍ਰਤੀਕਿਰਿਆ ਜ਼ਰੂਰ ਸਾਥ ਤੇ ਪਚਾਓ ਦੋਵਾਂ ਦੇ ਇਜਾਜ਼ਤ ਫਿਰ ਮਿਲਾਂਗੇ ਸਤਿ ਸ੍ਰੀ ਅਕਾਲ ਤੁਸੀਂ ਵੇਖਦੇ ਰਹੋ ਪ੍ਰਾਈਮ ਸ਼ਾਇਰ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਉਹ ਵੀ ਹਾਜ਼ਰ ਹੈ ਚੰਚੀ ਦਾ ਵੀ ਚਾ